ਤਿੰਨ ਮਹੀਨੇ ਦੀ ਗੱਭਣ ਅੱਛਾ ਡਾਕਟਰ ਨਾਲ ਲੈ ਕੇ ਆਵਣ ਬਿਲਕੁਲ ਸਹੀ ਆਪਣੀ ਤਸੱਲੀ ਕਰਨ ਅਸੀਂ ਹਰ ਵੀਡੀਓ ਤੇ ਗੱਲ ਕਰਦੇ ਹਾਂ ਕਿ ਡਾਕਟਰ ਨਾਲ ਹੋਣਾ ਚਾਹੀਦਾ ਬਿਲਕੁਲ ਸਹੀ ਜੇ ਕੋਈ ਡਾਕਟਰ ਨਾਲ ਲਿਆਓ ਆਪਣੀ ਤਸੱਲੀ ਕਰਕੇ ਲਿਜਾਓ ਸਹੀ ਅਗਰ ਡਾਕਟਰ ਨਹੀਂ ਆਉਂਦਾ 15 ਦਿਨਾਂ ਦੀ ਗਰੰਟੀ ਹੋਵੇਗੀ 16ਵੇਂ ਦਿਨ ਅਸੀਂ ਜ਼ਿੰਮੇਵਾਰ ਨਹੀਂ ਬਣਾਂਗੇ ਨਹੀਂ ਬਣਾਂਗੇ ਬਿਲਕੁਲ ਸਹੀ ਹੋ ਗਿਆ ਦਿਨ ਨੇ ਕਈ ਬ੍ਰਾਹਮਾ ਕੋਲ ਜਾਣਗੇ ਅੰਦਾਜ਼ਾ ਵੀ ਨਹੀਂ ਦੇਣਗੇ ਨਹੀਂ ਦਿੰਦੇ ਠੀਕ ਹੈ ਅਸੀਂ ਗੱਲ ਸਿੱਧੀ ਕਰਨੇ ਅਗਲੇ ਨਾਲ ਰਿਜ਼ਕ ਉਹ ਜਿਹੜਾ ਮੇਰੇ ਅੱਲਾ ਪਾਕ ਨੇ ਲਿਖਿਆ ਉਹ ਤਾਂ ਦੇਣਾ ਹੀ ਦੇਣਾ ਦੇਣਾ ਹੀ ਠੀਕ ਹੈ ਚਾਹੇ ਅੱਲਾ ਪਾਕ ਦਾ ਚਾਹੇ ਹੱਕ ਲਾਲ ਦਾ ਕਮਾਲ ਹੋਵੇ ਚਾਹੇ ਰਾਮ ਦਾ ਕਮਾਲ ਬਿਲਕੁਲ ਮੈਂ ਤਾਂ ਦੇਣਾ ਹੀ ਦੇਣਾ ਲੇਕਿਨ ਅਸੀਂ ਵਜ਼ਨ ਤੁਹਾਨੂੰ ਉਹ ਦੱਸਣਾ ਜਿਹੜਾ ਵਜ਼ਨ ਇਹਦਾ ਹੈਗਾ 10-20 ਕਿਲੋ ਜਾਂ ਵਧੇਗਾ ਜਾਂ ਘਟੇਗਾ ਇੰਨਾ ਫਰਕ ਨਿਕਲੇਗਾ ਬਿਲਕੁਲ ਸਹੀ ਹੈ 19-20 ਦਾ ਹੀ ਫਰਕ ਜਿਹੜੀ ਛੋਟੀ ਦੀ ਸਕਰੀਨ ਸ਼ਾਟ ਗੱਲਣੋ ਨਾ ਪਹੁੰਚੇ ਭਾਈ ਗੁਣਾ ਦੇ ਆ ਗਏ ਨੇ ਵਾਹ ਜੀ ਵਾਹ ਕੀ ਬਾਤ ਹੈ ਸਾਹਿਬ ਜਿਹੜੀ ਟਾਈਮ ਦੱਸਾਂਗੇ ਟਾਈਮ ਨਾ ਨਿਕਲੇ ਉਹਦੇ ਵੀ ਅਸੀਂ ਜਵਾਬਦਾਰ ਹਾਂ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਸ਼ੁਰੂ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਹਾਇਤ ਰਹਿਮ ਕਰਨੇ ਵਾਲਾ ਹੈ ਦੋਸਤੋ ਬਜ਼ੁਰਗੋ ਆਪ ਦੇਖ ਰਹੇ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਅਫੀਸ਼ੀਅਲ ਵਿਦ ਏ ਜੀ ਅਦਰ ਹਾਂ ਫੇਸਬੁੱਕ ਪੇਜ ਵੀ ਹੈ ਤੋ ਮੈਂ ਅੱਜ ਪਹੁੰਚਾ ਹੂੰ ਰਾਏ ਮੁਹੰਮਦ ਅਕ ਜਵੇਦ ਸਾਹਿਬ ਕੇ ਡੇਰੇ ਪਰ ਮਾਸ਼ਾ ਅੱਲਾਹ ਯੇ ਜਾਨਵਰ ਚੈੱਕ ਕਰ ਸਕਤੇ ਆਪ ਨਿਊ ਮਾਲ ਆ ਨਿਊ ਕੱਪੜ ਛੋਟੀਆਂ ਯਹਾਂ ਪਰ ਦਸਤਿਆਬ ਹੈ ਜਲਦੀ ਕਰੇ ਔਰ ਜਲਦੀ ਸੇ ਫਾਇਦਾ ਉਠਾ ਲੇ ਤੋ ਸਭ ਸੇ ਪਹਿਲੇ ਤਰੀਕ ਨੋਟ ਕਰ ਲੇ ਤਰੀਕ ਹੈ 18 July 2024 ਦਿਨ ਹੈ ਜੁਮੇ ਰਾਤ ਕਾ ਮਾਸ਼ਾ ਅੱਲਾਹ ਤੋ ਚਲਤੇ ਹੈ ਰਾਜ ਸਾਹਿਬ ਕੇ ਪਾਸ ਔਰ ਉਨ੍ਹੀਂ ਕੀ ਜ਼ਬਾਨੀ ਸਭ ਕੁਛ ਅਸਲਾਮ ਵਾਲੇਕੁਮ ਸੋਨੇ ਵੀਰ ਕੀ ਹਾਲ ਹੈ ਅਲਹਮਦੁਲਿਲਾ ਤਬੀਅਤ ਤਾਂ ਠੀਕ ਜੀ ਸ਼ੁਕਰ ਅੱਲਾ ਪਾਕ ਦਾ ਜੀ ਨਨਕਾਣਾ ਸਾਹਿਬ ਪੰਜਾਬ ਦੇ ਵਿਚ ਆਉਂਦਾ ਬਿਸ਼ਕਪੁਰਾ 30 ਕਿਲੋਮੀਟਰ ਏ ਫਿਰੋਜ਼ 8 ਕਿਲੋਮੀਟਰ ਏ ਨਨਕਾਣਾ 16 ਕਿਲੋਮੀਟਰ ਏ ਜੀ ਜੀ ਫੈਸਲਾਬਾਦ 70 ਕਿਲੋਮੀਟਰ ਏ ਜੀ ਬਾਈ ਲਾਹੌਰ ਵੀ 70 ਕਿਲੋਮੀਟਰ ਏ ਜਿੱਧਰੋਂ ਮਰਜ਼ੀ ਆਵਣ ਰਾਬਤਾ 0304-3428-789 ਜੀ ਜੀ ਇਸ ਨੰਬਰ ਤੇ ਵਟਸਐਪ ਵੀ ਬਣੀ ਹੈ ਕਾਲ ਤੇ ਵੀ ਰਾਬਤਾ ਆਵੇਗਾ ਵਟਸਐਪ ਤੇ ਵੀ ਰਾਬਤਾ ਆਵੇਗਾ ਜੀ ਠੀਕ ਹੈ ਅਗਰ ਕਿਸੇ ਦਾ ਫੋਨ ਚਾਹੇ ਕਿ ਜਾਂ ਨਹੀਂ ਸੁਣਿਆ ਜਾਂਦਾ ਉਹ ਵੀਡੀਓ ਕੱਢੇ ਵੀਡੀਓ ਦੇ ਉੱਤੇ ਸਾਹਿਬ ਲੋਕੇਸ਼ਨ ਦਾ ਫਿਰ ਪਤਾ ਕਰ ਸਕਦਾ ਠੀਕ ਹੋ ਗਿਆ ਪਿੰਡ ਚ ਸਲਾਣੀ ਪੁਰ ਜ਼ਿਲ੍ਹਾ ਨਨਕਾਣਾ ਸਾਹਿਬ ਠੀਕ ਹੋ ਗਿਆ ਉਹ ਤੇ 2 ਮਹੀਨੇ ਤੋਂ ਲੈ ਕੇ 8 ਮਹੀਨੇ ਤੱਕ 7 ਮਹੀਨੇ ਤੱਕ ਆਪਣੇ ਕੋਲ ਛੁੱਟੀਆਂ ਨੇ ਸੁਈਆਂ ਵੀ ਛੁੱਟੀਆਂ ਨੇ ਹਰ ਕਾਕ 2-3 ਮਹੀਨੇ ਵਾਲੀ ਛੁੱਟੀ ਮੰਗਦਾ ਤੇ 2-3 ਮਹੀਨੇ ਵਾਲੀ ਛੁੱਟੀ ਇੱਥੇ ਲੱਭਣੀ ਹੈ ਠੀਕ ਹੈ ਲੋਕਾਂ ਕੋਲ ਫਿਰ ਕੇ ਆ ਜਾਵਣ ਜਿੱਥੋਂ ਚੰਗਾ ਲੱਗੇ ਲੈਣਾ ਉੱਥੋਂ ਦੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਆਵਾ ਸਾਡੇ ਕੋਲ ਆਣ ਕੇ ਲੈ ਜਾਓ ਮੈਂ ਇਹ ਗੱਲ ਕਰਨਾ ਮੌਸਮ ਵਾਲੀ ਛੁੱਟੀ ਲਵੋ 2-3 ਮਹੀਨੇ ਵਾਲੀ ਛੁੱਟੀ ਲਵੋ ਤਾਂ ਤੁਹਾਨੂੰ ਵੀ ਫਾਇਦਾ ਹੋਵੇਗਾ ਕੱਲ੍ਹ ਨੂੰ ਵੇਚੋਗੇ ਤੁਹਾਨੂੰ ਫਿਰ ਵੀ ਫਾਇਦਾ ਹੋਵੇਗਾ ਅੱਜ ਵੀ ਫਾਇਦਾ ਕੱਲ੍ਹ ਨੂੰ ਵੀ ਫਾਇਦਾ ਬਿਲਕੁਲ ਠੀਕ ਹੋ ਗਿਆ 15 ਦਿਨ ਤੱਕ ਸਾਡੀ ਛੁੱਟੀ ਖਾਲੀ ਨਿਕਲੇ ਵਾਪਸੀ ਯੋਰ ਮਾਰੇ ਵਾਪਸੀ ਕੋਈ ਵਾਧਾ ਘਾਟਾ ਹੋਵੇ 15 ਦਿਨਾਂ ਤੱਕ ਅਸੀਂ ਵਾਪਸੀ ਲੈਣ ਨੂੰ ਤਿਆਰ ਹਾਂ 16ਵੇਂ ਦਿਨ ਅਸੀਂ ਜ਼ਿੰਮੇਦਾਰ ਨਹੀਂ ਛੁੱਟੀ ਤੇ ਬਣਾਂਗੇ ਠੀਕ ਹੈ ਜੀ ਮਾਸ਼ਾ ਠੀਕ ਹੋ ਗਿਆ ਡਾਕਟਰ ਨਾਲ ਲਿਆਓ 100% ਡਾਕਟਰ ਨਾਲ ਲਿਆਓ ਆਪਣੀ ਤਸੱਲੀ ਕਰਕੇ ਲਵੋ ਅਗਰ ਕੋਈ ਡਾਕਟਰ ਨਹੀਂ ਆਉਂਦਾ ਉਹਨੂੰ 15 ਦਿਨਾਂ ਦੀ ਗਰੰਟੀ ਦੇਵਾਂਗੇ ਪੈਡ ਸਾਡੇ ਕੋਲ ਬਣਵਾ ਕੇ ਲਿਜਾਵੇ ਆਪਣੀ ਲਿਖਾਈ ਕਰਾ ਕੇ ਲਿਜਾਵੇ ਸਾਰਾ ਕੋਈ ਸਬੂਤ ਲੈ ਕੇ ਜਾਵੇ ਸਹੀ ਕੱਲ੍ਹ ਨੂੰ ਅਸੀਂ ਵੀ ਮੰਨਾਂਗੇ ਕਿ ਸਾਡਾ ਹੀ ਪੈਡ ਹੈ
ਸਾਡੇ ਕੋਲ ਹੀ ਪਿਆ, ਸਾਡੀ ਲਿਖਾਈ ਹੈ, ਸਹੀ ਗੱਲ, ਪੈਰ ਨਾ ਲੈ ਕੇ ਜਾਵਣਗੇ ਫਿਰ ਅਸੀਂ ਵੀ ਰੌਲਾ ਪਾਣਾ, ਬਿਲਕੁਲ ਸਹੀ ਗੱਲ, ਪੈਰ ਸੈੱਟ ਕਰੋ ਸਾਨੂੰ ਇੰਜ ਕਰੋ ਸਾਨੂੰ ਉਹ ਕਰੋ, ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ, ਬਿਲਕੁਲ ਸਹੀ ਗੱਲ, ਇਹਦੇ ਕੋਲ ਲੈਂਦੇ ਜੇ ਜਿੱਥੋਂ ਲੈਂਦੇ ਜੇ ਕੋਈ ਵੀ ਹੋਵੇ ਤੁਸੀਂ ਪ੍ਰੂਫ ਵਿਖਾ ਸਕਦੇ ਜੇ ਕੱਲ ਨਾ, ਪ੍ਰੂਫ ਕੋਲ ਹੋਵੇ ਕੱਲ ਨੂੰ ਉਹਨਾਂ ਨੂੰ ਝੂਠਿਆਂ ਕਰ ਸਕਦੇ ਜੇ, ਬੇਸ਼ੱਕ, ਇਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਆਪ ਝੂਠੇ ਹੋਏ ਹੋਵੋ, ਲਓ ਜੀ ਕਰੋ ਜੀ ਸ਼ੌਕ ਦੇ ਨਜ਼ਾਰੇ, ਬਾਲ ਚੈੱਕ ਕਰਾਉਣਾ ਮੇਰੇ, ਮਾਸ਼ਾ ਅੱਲਾਹ, ਠੀਕ ਹੋ ਗਿਆ, ਤਸੱਲੀ ਕਰੋ ਜੀ, ਮਾਲੋ ਖਾਣਾ ਰੰਗ ਕਾਲਾ ਸ਼ਾਪ ਫੇਸ ਚਿਹਰਾ ਇੱਧਰ ਵੇਖੋ, ਮਾਸ਼ਾ ਅੱਲਾਹ ਕਿਆ ਬਾਤ ਹੈ, ਆਹ ਪੁੱਠੇ ਵਾਲੀ ਸਾਈਡ ਤੇ ਮੈਂ ਹੁਣ ਚੱਲ ਪਿਆ ਜੀ, ਨਾਲ ਪਰਾਂਦਾ ਜ਼ਮੀਨ ਨਾਲ ਲੱਗਦਾ ਪਿਆ, ਯਾਨੀ ਕਿ ਪੂਛਲ ਚੈੱਕ ਕਰੋ ਜੀ, ਸਾਰੀ ਚਾਲ ਢਾਲ ਸਭ ਕੁਝ ਵੇਖੋ, ਕੱਦ ਕਾਟ ਹੈ ਸੋਹਣੀ ਜੁੱਤੀ ਸ਼ੌਕ ਕਰਨ ਵਾਲੀ, ਮਾਸ਼ਾ ਅੱਲਾਹ ਜੀ ਕਿਆ ਬਾਤ ਹੈ ਜੀ, ਵਾਹ ਜੀ ਵਾਹ, ਮੂੰਹ ਕੀ ਹੈ ਜੀ, ਮੂੰਹ ਤੁੰਦੀ ਹੋਵੇਗੀ ਜਾਂ ਚੁੱਕੀ ਹੋਵੇਗੀ, ਅੱਛਾ ਅੱਛਾ, ਠੀਕ ਹੋ ਗਿਆ, ਛਿੱਕੀ ਵਾਲਾ ਕੰਮ ਅਸੀਂ ਕਰਦੇ ਹੀ ਨਹੀਂ ਅਦਰ ਸਾਹਿਬ ਜੀ, ਠੀਕ ਹੈ ਜੀ, ਠੀਕ ਹੋ ਗਿਆ, ਚੌਕੀ ਚੌਕੀ ਜੁੱਤੀ, ਠੀਕ ਹੋ ਗਿਆ, ਮਾਸ਼ਾ ਅੱਲਾਹ, ਤੁਸੀਂ ਦੱਸਦੇ ਨੇ ਕਿ ਸਾਡੀ ਜੀ ਤੁੰਦੀ ਜੁੱਤੀ ਹੈ, ਹਾਂਜੀ, ਲੇਕਿਨ ਮੂੰਹ ਪੜ ਕੇ ਕੋਈ ਵਿਖਾਉਂਦੇ, ਬਿਲਕੁਲ ਸਹੀ ਗੱਲ, ਇਸ ਗੱਲ ਦਾ ਤੁੰਦੀ ਹੈ ਤਾਂ ਮੂੰਹ ਪੜ ਕੇ ਵਿਖਾਣਾ, ਹਾਂ ਸਹੀ ਗੱਲ, ਸਾਰਿਆਂ ਨੂੰ ਪਤਾ ਲੱਗਿਆ ਕਿ ਵਾਕਈ ਤੁੰਦੀ ਦੱਸਣ ਦਾ ਤਾਂ ਤੁੰਦੀ ਹੈਗੀ, ਹਾਂਜੀ, ਠੀਕ ਹੈ, ਦੱਸ ਦਿੱਤਾ ਜੀ ਤੁੰਦੀ ਹੈ, ਬਿਲਕੁਲ ਹੋਵੇ ਛਿੱਕੀ ਛਿੱਕੀ, ਆਪਾਂ ਕੋ ਕੰਮ ਕੋਣੀ, ਉਹ ਕੰਮ ਚ ਭਰਾ ਕੋਣੀ ਲਾਉਣਾ, ਮਾਸ਼ਾ ਅੱਲਾਹ ਜੀ, ਆਓ ਜੀ, ਤੁੰਦੀ ਹੈ, ਬਿਲਕੁਲ ਸਹੀ ਗੱਲ ਹੈ, ਲਓ ਜੀ ਕਰੋ ਜੀ ਸ਼ੌਕ, ਇੱਥੇ ਉਸ ਤੇ ਸਾਡੇ ਮਹਿਮਾਨ ਆਏ ਨੇ ਬਾਬਾ ਰਫੀਕ ਸਾਹਿਬ ਜੀ, ਹਾਈ ਸਰ ਰਫੀਕ ਸਾਹਿਬ, ਮੁਲਾਕਾਤ ਮੇਰੇ ਨਾਲ ਦੇਰ ਬਾਅਦ ਹੋਈ ਹੈ, ਠੀਕ ਜੀ, ਤੇ ਮਾਸ਼ਾ ਅੱਲਾਹ ਕਾਫੀ ਦਿਨਾਂ ਬਾਅਦ ਟੀਮ ਪੂਰੀ ਲੈ ਕੇ ਆਏ ਜੇ, ਥੋੜਾ ਜਿਹਾ ਮਿਲਣ ਆਦੇ ਮਿਲਣ, ਅੱਛਾ ਅੱਛਾ, ਲਓ ਜੀ ਚਾਚਾ ਬੂਟਾ ਜੀ, ਲਓ ਜੀ ਜਾਓ ਚਾਚਾ ਬੂਟਾ, ਤੁਸੀਂ ਮੁਲਾ ਤੁਹਾਡੇ ਸਿੱਖੇ ਨੇ, ਲਓ ਜੀ ਹਾਜੀ ਸਾਹਿਬ ਜੀ ਆ ਗਏ, ਮਾਸ਼ਾ ਅੱਲਾਹ ਜੀ, ਇਹਨੇ ਮਾਲ ਲੈ ਕੇ ਜਾਣਾ, ਕਰੋ ਜੀ ਸ਼ੌਕ, ਲਓ ਜੀ ਕਰੋ ਜੀ, ਮਾਸ਼ਾ ਅੱਲਾਹ ਕਿਆ ਬਾਤ ਹੈ, ਰੌਣਕਾਂ ਲੱਗ ਗਈਆਂ ਜੇ, ਸੱਜ ਗਿਆ ਜੇ ਮੇਲਾ, ਰਾਏ ਅੱਕ ਜਵੇ ਦੇ ਡੇਰੇ ਤੇ, ਮਾਸ਼ਾ ਅੱਲਾਹ ਜੀ, ਵਾਹ ਜੀ ਵਾਹ ਜੀ ਵਾਹ, ਮਾਸ਼ਾ ਅੱਲਾਹ, ਚੈੱਕ ਕਰੋ ਜੀ ਸਲੀ ਦੇ ਨਾਲ ਚਾਲ ਡਾਲ, ਚੈੱਕ ਕਰੋ ਸਲੀ, ਟੁਰੋ ਜੀ ਇਹਨੂੰ, ਮਾਸ਼ਾ ਅੱਲਾਹ, ਠੀਕ ਹੋ ਗਿਆ, ਵਾਹ ਜੀ ਵਾਹ, ਛੁੱਟੀ ਚੈੱਕ ਕਰਾਓ, ਹਾਂ, 3 ਮਹੀਨੇ ਦੀ ਗੱਭਣ, ਅੱਛਾ, ਡਾਕਟਰ ਨਾਲ ਲੈ ਕੇ ਆਵਣ, ਬਿਲਕੁਲ ਸਹੀ, ਆਪਣੀ ਤਸੱਲੀ ਕਰਨ, ਅਸੀਂ ਹਰ ਵੀਡੀਓ ਦੇ ਗੱਲ ਕਰਨੇ ਆ ਕਿ ਡਾਕਟਰ ਨਾਲ ਹੋਣਾ ਚਾਹੀਦਾ, ਬਿਲਕੁਲ ਸਹੀ, ਠੀਕ ਹੋ ਗਿਆ, ਡਾਕਟਰ ਨਾਲ ਲਿਆਓ, ਆਪਣੀ ਤਸੱਲੀ ਕਰਕੇ ਲਿਆਓ, ਸਹੀ, ਅਗਰ ਡਾਕਟਰ ਨਹੀਂ ਆਉਂਦਾ 15 ਦਿਨਾਂ ਦੀ ਗਰੰਟੀ ਹੋਵੇਗੀ, 16ਵੇਂ ਦਿਨ ਅਸੀਂ ਜ਼ਿੰਮੇਦਾਰ ਨਹੀਂ ਬਣਾਂਗੇ, ਨਹੀਂ ਬਣਾਂਗੇ, ਬਿਲਕੁਲ ਸਹੀ, ਠੀਕ ਹੋ ਗਿਆ, ਚਾਹੇ ਆਪਣਾ ਚਾਹੇ ਬਗਾਨਾ ਚਾਹੇ ਜਿਹੜਾ 15 ਦਿਨ ਤੀਕਰ, ਬੜਾ ਟਾਈਮ, 15 ਦਿਨ ਬੜਾ ਜੀ, ਬੜਾ ਟਾਈਮ ਹੁੰਦਾ ਜੀ, ਇਹਨੂੰ ਚੈੱਕ ਕਰਾਓ 15 ਦਿਨਾਂ ਤੀਕਰ, 16ਵੇਂ ਦਿਨ ਅਸੀਂ ਜ਼ਿੰਮੇਦਾਰ ਨਹੀਂ ਬਣਾਂਗੇ, ਕੀ ਬਾਤ ਹੈ, ਤੇ ਕਈ ਭਾਈ ਆਉਂਦੇ ਨੇ ਕਿ ਵਜ਼ਨ ਕਿੰਨਾ ਹੋਵੇਗਾ, ਹਾਂ, ਸਿਆਣਿਆਂ ਬੰਦਿਆਂ ਦਾ ਖਾਣ ਹੈ ਕਿ ਜਿੰਨਾ ਅਸਰ ਗੁੜ ਪਾਵੋ ਨਾ ਉਨਾ ਮਿੱਠਾ ਹੁੰਦਾ, ਹਾਂ ਬਿਲਕੁਲ, ਠੀਕ ਹੈ, ਸਾਡੇ ਕੋਲ ਛੁੱਟੀ 400 ਕਿਲੋ ਤੋਂ ਲੈ ਕੇ 500 ਕਿਲੋ ਤੀਕਰ ਵਜ਼ਨ ਹੁੰਦਾ, ਹਾਂ, ਅਸੀਂ ਵਜ਼ਨ ਦੱਸਨੇ 400 ਕਿਲੋ, ਹਾਂਜੀ, ਆਣ ਕੇ ਮੇਰੇ ਭਰਾ ਪਸੰਦ ਕਰਦੇ ਨੇ 500 ਕਿਲੋ ਵਾਲੇ, ਹਾਂਜੀ, ਕਹਿੰਦੇ ਨੇ ਕਿ ਤੁਸੀਂ ਵੀਡੀਓ ਤੇ 400 ਕਿਲੋ ਦੱਸਿਆ ਜੀ, ਹਾਂਜੀ, ਇਹਦਾ 500 ਕਿਉਂ ਆਇਆ, ਇਸੇ ਵਾਸਤੇ ਅਸੀਂ ਕਹਿੰਦੇ ਹਾਂ ਵਜ਼ਨ 400 ਕਿਲੋ ਤੋਂ ਲੈ ਕੇ 500 ਕਿਲੋ ਤੀਕਰ ਹੁੰਦਾ, ਹਾਂ ਬਿਲਕੁਲ ਸਹੀ, ਪਸੰਦ ਜਿਹੜੀ ਤੁਸੀਂ ਕਰਨੀ ਹੈ ਉਹਦਾ ਵਜ਼ਨ ਉਹ ਹੀ ਹੋਣਾ, ਹਾਂ ਸਹੀ, ਠੀਕ, ਜਿਹੜੀ ਤੁਸੀਂ ਪਸੰਦ ਕਰੋਗੇ ਉਹ ਤਾਂ ਕੰਡਾ ਹੋ ਜਾਵੇਗਾ, ਕੰਡਾ ਹੋ ਜਾਣਾ, ਬਿਲਕੁਲ ਸਹੀ ਗੱਲ ਹੈ, ਲਓ ਜੀ ਅਗਲੀ ਜੁੱਟੀ ਚੈੱਕ ਕਰਾਓ ਜੀ, ਮਾਸ਼ਾ ਅੱਲਾਹ ਤਸੱਲੀ ਦੇ ਨਾਲ, ਲਓ ਜੀ ਚੈੱਕ ਕਰੋ ਜੀ, ਮਾਸ਼ਾ ਅੱਲਾਹ ਕਿਆ ਬਾਤ ਹੈ ਜੀ, ਲਓ ਜੀ ਚੈੱਕ ਕਰੋ ਜੀ, ਉੱਥੇ ਬਿਲਕੁਲ ਚੈੱਕ ਕਰੋ ਜੀ, ਰੰਗ ਕਾਲਾ ਚਾ ਚਾਲ ਡਾਲੋ ਚੈੱਕ, ਮਾਸ਼ਾ
ਮਾਸ਼ਾਅੱਲਾ, ਇੱਕ ਹੱਡੀ ਦੀ ਮਾਲਕ ਜੀ ਮਾਸ਼ਾਅੱਲਾ। ਲਓ ਜੀ ਆਹ ਚੈੱਕ ਕਰ ਸਕਦੇ ਜੀ, ਮਾਸ਼ਾਅੱਲਾ ਜੀ, ਕਿਆ ਬਾਤ ਹੈ ਜੀ। ਇਹ ਕਿੰਨੇ ਮਹੀਨੇ ਕਾ ਬਣਾ ਜੀ? ਦੋ ਤਿੰਨ ਮਹੀਨੇ ਵਾਲੀ ਕਾ ਬਣਾ। ਲਓ ਜੀ ਦੋ ਤਿੰਨ ਮਹੀਨੇ ਵਾਲੀ ਕਾ ਬਣ। ਹਾਂਜੀ ਮਾਸ਼ਾਅੱਲਾ ਜੀ, ਵਾਹ ਜੀ ਮਾਸ਼ਾਅੱਲਾ, ਕਿਆ ਬਾਤ ਹੈ ਜੀ। ਵੈਸੇ ਠੀਕ ਹੈ, ਲਈ ਆਓ ਜੀ ਮਾਸ਼ਾਅੱਲਾ। ਖੁਰਮ ਸਾਹਿਬ ਜਲਦੀ ਲਈ ਆਓ ਮਾਸ਼ਾਅੱਲਾ, ਮਾਸ਼ਾਅੱਲਾ। ਲਓ ਜੀ ਇਸ ਸਾਈਡ ਤੇ ਚੈੱਕ ਕਰੋ ਜੀ, ਮਾਸ਼ਾਅੱਲਾ ਕਿਆ ਬਾਤ ਹੈ ਜੀ। ਕੱਦ ਦੀ ਛੋਟੀ ਮਾਸ਼ਾਅੱਲਾ, ਬਿਲਕੁਲ ਪੂਰੇ ਪੈਸੇ ਬਣਨ ਦੇ। ਸਾਢੇ ਤਿੰਨ ਸੌ ਕਿਲੋ ਵਧਣ ਜੀ, ਅਗਰ 400 ਹੁੰਦਾ ਤੇ ਫਿਰ 10 ਮਣ ਹੋਣਾ ਸੀ, ਇਹ ਹੁਣ 9 ਤੇ ਦਰਮਿਆਨ ਚ ਹੈਗੀ ਹੈ ਜੀ। 9 ਮਣ ਹੋ ਜਾਏ, 9.5 ਮਣ ਹੋ ਜਾਏ, 9 ਮਣ ਵਜ਼ਨ ਦਾ ਤਕਰੀਬਨ ਹੋਵੇਗਾ। ਹਾਂਜੀ ਲਓ ਜੀ ਮਾਸ਼ਾਅੱਲਾ ਜੀ, ਕਿਆ ਬਾਤ ਹੈ ਜੀ। 10 ਕਿਲੋ ਵੱਧ ਦੱਸਣੇ ਇਸ ਵਜ੍ਹਾ ਤੋਂ ਹੈ। ਹਾਂਜੀ ਕੋਈ ਭਰਾ ਮੇਰੇ ਜਿਹੜੇ ਨੇ ਨਾ, ਹਾਂ ਉਹਦੇ ਜੇ ਇਤਰਾਜ਼ ਨਾ ਕਰ। ਅਲੀ ਵੀ ਸਹੀ ਹੈ, ਵਾਜ਼ਾ ਮੈਸੇਜ ਦਿੱਤਾ ਹੋਵੇ ਚੰਗੀ ਗੱਲ ਨਹੀਂ। ਇਤਰਾਜ਼ ਨਾ ਬਾਅਦ ਕਰੇਗਾ ਯਾਰ, ਇਹਨਾਂ ਵਜ਼ਨ ਇਹਨਾਂ ਦਾ ਸਿਆ ਕੰਡੇ ਦੇ ਇਹਨਾਂ ਵਜ਼ਨ ਨਹੀਂ। ਹਾਂ ਠੀਕ ਹੈ, ਅਸੀਂ ਜਿਹੜਾ ਵਜ਼ਨ ਦੱਸਾਂਗੇ ਨਾ ਜੀ, ਤਕਰੀਬਨ 10 ਮਣ ਦੱਸਣ ਡਿਆ ਜੋਟੀ ਦਾ ਵਜ਼ਨ ਹੈ। ਹਾਂ ਇਹ ਜਾ ਕੇ ਉੱਤੇ 10-20 ਸਿਰ ਵੱਧ ਵੀ ਸਕਦੀ ਹੈ, ਵੱਧ ਵੀ ਸਕਦੀ ਹੈ, 10-20 ਸਿਰ ਘੱਟ ਵੀ ਸਕਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ 10 ਮਣ ਦੱਸੀਏ ਤੇ 10 ਮਣ ਹੀ ਹੋਵੇ, ਕਿਉਂਕਿ ਅਸੀਂ ਇੱਕ ਅੰਦਾਜ਼ਾ ਦਿੰਦੇ, ਕਈ ਭਰਾਵਾਂ ਕੋਲ ਜਾਣਗੇ ਅੰਦਾਜ਼ਾ ਵੀ ਨਹੀਂ ਦੇਣਗੇ, ਨਹੀਂ ਦਿੰਦੇ। ਠੀਕ ਹੈ, ਅਸੀਂ ਗੱਲ ਸਿੱਧੀ ਕਰਨੇ ਅਗਲੇ ਨਾਲ, ਰਿਜ਼ਕ ਉਹ ਜਿਹੜਾ ਮੇਰੇ ਅੱਲਾ ਪਾਕ ਨੇ ਲਿਖਿਆ ਤਾਂ ਦੇਣਾ ਹੀ ਦੇਣਾ, ਦੇਣਾ ਹੀ। ਠੀਕ ਹੈ, ਚਾਹੇ ਅੱਲਾ ਪਾਕ ਦਾ, ਚਾਹੇ ਹੱਕ ਲਾਲ ਦਾ ਕਮਾਲ, ਚਾਹੇ ਰਾਮ ਦਾ ਕਮਾਲ, ਮੈਂ ਤਾਂ ਦੇਣਾ ਹੀ ਦੇਣਾ। ਲੇਕਿਨ ਅਸੀਂ ਵਜ਼ਨ ਤੁਹਾਨੂੰ ਉਹ ਦੱਸਣਾ ਜਿਹੜਾ ਵਜ਼ਨ ਇਹਦਾ ਹੈਗਾ, 10-20 ਕਿਲੋ ਜਾਂ ਵਧੇਗਾ ਜਾਂ ਘਟੇਗਾ, ਇੰਨਾ ਫਰਕ ਨਿਕਲੇਗਾ। ਬਿਲਕੁਲ ਸਹੀ ਹੈ, ਲਓ ਜੀ ਲਓ ਜੀ ਗੁੱਲ ਤੇ ਲਾਓ ਜੀ ਗੁੱਲ, ਮਾਸ਼ਾਅੱਲਾ। ਜਿਹਨਾਂ ਠਣ ਕਹਿੰਦੇ ਨੇ, ਲਿਬਾਸ ਵੀ ਲੋਕੀ ਕਹਿੰਦੇ ਨੇ, ਅਸੀਂ ਗੁੱਲ ਵੀ ਕਹਿੰਦੇ ਹਾਂ, ਕੋਕੇ ਵੀ ਕਹਿੰਦੇ ਹਾਂ, ਝੋਲੇ ਵੀ ਕਹਿੰਦੇ ਹਾਂ। ਹਾਏ 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 ਹਾਏ, ਅੱਜ ਖੈਰ ਹੈ, ਇੱਕ ਦੂਜੇ ਦੇ ਫੱਟ ਫੱਟ ਕਰਦੀ ਜਾਂਦੇ, ਮਾਸ਼ਾਅੱਲਾ। ਅਦਰ ਸਾਹਿਬ ਇੰਜਣੀਆਂ ਜਿਹੜੀਆਂ ਛੋਟੀਆਂ ਨੇ ਨਾ, 2-3 ਮਹੀਨੇ ਵਾਲੇ। ਹਾਂ ਮੈਂ ਗੱਲ ਕਰਨਾ ਫਿਰ ਕੇ ਆਵਾਂ, ਮੌਸਮ 2-3 ਮਹੀਨੇ ਵਾਲਾ। ਹਾਂ ਠੀਕ ਹੈ, ਜਦੋਂ 5-6 ਮਹੀਨੇ ਵਾਲਾ ਸੀ, 7 ਮਹੀਨੇ ਵਾਲਾ ਸੀ, ਉਦੋਂ 7 ਮਹੀਨੇ ਵਾਲਾ ਮੌਸਮ ਸੀ। ਹਾਂਜੀ 6-7 ਮਹੀਨੇ ਵਾਲੇ ਲੈਣ ਖੜੀਆਂ ਨੇ, ਸਾਰੀਆਂ 2-3 ਮਹੀਨੇ ਵਾਲੀਆਂ ਖੜੀਆਂ। ਲੇਕਿਨ ਫਾਇਦਾ ਦੀ ਗੱਲ ਜਿਹੜੀ ਹੈ ਨਾ, ਅਸੀਂ ਇਹ ਆਨੇ ਆ ਕਿ ਯਾਰ ਰਾਮਾ ਦਾ ਫਾਇਦਾ ਹੋਵੇ, ਫਾਇਦਾ ਹੋਵੇ। ਠੀਕ, ਮੌਸਮ 2-3 ਮਹੀਨੇ ਵਾਲੀ ਹੈ, ਬੇਸ਼ੱਕ 2-3 ਮਹੀਨੇ ਵਾਲੀ ਲਾ। ਠੀਕ ਹੈ, ਇਹਦਾ ਰੇਟ ਅਦਰ ਸਭ ਤੋਂ ਦੱਸ ਦੇਵੇ 630 ਰੁਪਏ 2-3 ਮਹੀਨੇ ਵਾਲੇ ਦਾ, 2-3-4-5 580 ਤੋਂ 630 ਜੀ, ਯਾਰ 630 ਰੁਪਏ ਤਬਦੀਲੀ ਆ ਗਈ। ਯਾਨੀ ਇਹ 5-6 ਮਹੀਨੇ ਵਾਲੇ ਉਹ 650। ਜਿੱਥੋਂ ਚੰਗਾ ਲੱਗੇ, ਜਿੱਥੋਂ ਸਸਤਾ ਲੱਭੇ, ਉੱਥੋਂ ਲੈ ਲਵਣ। ਅਸੀਂ ਇਹ ਤਾਂ ਨਹੀਂ ਨਾ ਡਰੈਕਟ ਸਾਡੇ ਕੋਲ ਜਾਵਾਂ, ਸਾਡੇ ਕੋਲ ਲੈ ਕੇ ਜਾਓ, ਨਹੀਂ ਫਿਰ ਭਰਾ ਕੇ ਆ ਜਾਵਾਂ। ਅੱਛਾ, ਇਲਾਕਾ ਫਿਰ ਕੇ ਆਵਾਂ, ਇਲਾਕਾ ਫਿਰ ਕੇ ਆਵਾਂ, ਮੰਡੀਆਂ ਫਿਰ ਕੇ ਆਵਾਂ, ਜਿੱਥੇ ਦੋ ਆਨੇ ਸਸਤੀ ਲੱਭੇ ਉੱਥੋਂ ਲੈ ਲਵਾਂ। ਸਹੀ ਹੋ ਗਿਆ ਜੀ, ਅਸੀਂ ਇਹ ਨਹੀਂ ਆਉਂਦਾ ਕਿ ਡਰੈਕਟ ਸਾਡੇ ਕੋਲ ਆਵਾਂ, ਇਲਾਕਾ ਫਿਰ ਕੇ ਆਵਾਂ, ਮੰਡੀਆਂ ਫਿਰਨ, ਜਿੱਥੋਂ ਮਰਜ਼ੀ ਚੋਹਾ ਫਿਰ ਲਵਣ ਆਪਾਂ, ਜਿੱਥੋਂ ਚੰਗਾ ਲੱਭੇ, ਜਿੱਥੋਂ ਦੋ ਆਨੇ ਸਸਤਾ ਲੱਭੇ ਉੱਥੋਂ ਲੈ ਲਵਾਂ। ਸਹੀ ਠੀਕ ਹੈ, ਮਾਸ਼ਾਅੱਲਾ ਜੀ, ਰੌਣਕਾਂ ਲੱਗੀਆਂ ਜੀ, ਇੱਧਰ ਵੀ ਚਾਰ ਸਵੇਰੇ ਰੌਣਕਾਂ ਲੱਗ ਗਈਆਂ ਨੇ, ਮਾਸ਼ਾਅੱਲਾ। ਚਾਲ ਡਾਲ ਚੈੱਕ ਕਰਨੀ ਹੁਣ, ਮਾਸ਼ਾਅੱਲਾ ਜੀ, ਕਿਆ ਬਾਤ ਹੈ ਰਾਏ ਸਾਹਿਬ ਦੀ, ਮਾਸ਼ਾਅੱਲਾ। ਮਾਸ਼ਾਅੱਲਾ ਜੀ, ਇੱਕ ਹੋਰ ਕੱਦ ਕਾਟ ਵਾਲੀ ਸੋਹਣੀ ਜੁੱਟੀ ਆ ਗਈ, ਮਾਸ਼ਾਅੱਲਾ। ਵਾਹ ਜੀ ਵਾਹ,
ਵਾਹ ਜੀ ਵਾਹ ਮਾਸ਼ਾਅੱਲਾ ਰਾਏ ਸਾਹਿਬ ਤੁਹਾਡੀਆਂ ਨਹੀਂ ਦਿੱਤਾ ਵਾੜੇ ਵਾਲੀਆਂ ਛੁੱਟੀਆਂ ਨੇ ਠੀਕ ਹੈ ਤੇ ਚਰਾਈ ਵਾਲੀਆਂ ਛੁੱਟੀਆਂ ਨੇ ਅੱਛਾ ਮਕਸਦ ਸਾਡੇ ਇਲਾਕਿਆਂ ਦੇ ਵਿੱਚ ਛੱਡ ਦਿੰਦੇ ਨੇ ਖੁੱਲੀਆਂ ਡੰਗਰ ਬਾਹਰ ਕਾਰਡ ਲੈਫਟ ਵਾਲੀਆਂ ਦੇ ਵਿੱਚ ਚਿਰਦੇ ਬੱਤੇ ਚੜਦੇ ਸ਼ਾਮ ਨੂੰ ਘਰ ਲੈ ਆਉਂਦੇ ਆ ਹਾਂ ਬਿਲਕੁਲ ਠੀਕ ਹੈ ਇਹ ਸੈਲਜ ਵਾਲੀਆਂ ਵੰਡੇ ਵਾਲੀਆਂ ਛੁੱਟੀਆਂ ਨਹੀਂ ਹੈਗੀਆਂ ਸੈਲਜ ਵੰਡੇ ਵਾਲੇ ਸਾਹਿਬ ਜਾਂਦੇ ਠੀਕ ਹੋ ਗਿਆ ਇਹ ਸੈਲ ਅਸੀਂ ਸਾਰਾ ਸ਼ੁਰੂ ਤੋਂ ਕਾਰਡ ਇੱਕ ਸੈਲਜ ਵਾਲੀ ਛੁੱਟੀ ਦਿੱਤੀ ਨੇ ਹਾਂ ਬਿਲਕੁਲ ਸਹੀ ਕਿੰਨਾ ਲਈ ਹੈ ਤੇ ਨਾ ਹੀ ਦਿੱਤੀ ਹੈ ਅੱਛਾ ਜੀ ਠੀਕ ਹੋ ਗਿਆ ਅਸੀਂ ਆਲਾ ਮੇਲਾ ਕੰਮ ਹੀ ਨਹੀਂ ਕਰਦੇ ਬਿਲਕੁਲ ਸਹੀ ਗੱਲ ਹੈ ਮਾਸ਼ਾਅੱਲਾ ਚੈੱਕ ਕਰੋ ਜੀ ਇਹਦਾ ਕੰਦ ਪੁੱਤ ਚੈੱਕ ਕਰਾ ਮੈਂ ਪੁੱਠੇ ਦਾ ਕੈਮਰਾ ਦਾ ਸਾਹਿਬ ਆ ਚੈੱਕ ਕਰੋ ਜੀ ਇਹ ਵੇਖੋ ਹਾਂ ਇਧਰ ਆ ਜੀ ਲਓ ਜੀ ਇਧਰ ਲਾ ਥੱਲੇ ਲਓ ਜੀ ਮਾਸ਼ਾਅੱਲਾ ਸਲੀ ਕਰੋ ਜੀ ਮਾਸ਼ਾਅੱਲਾ ਜੀ ਵਾਹ ਕਿੱਡਾ ਕਿੱਡਾ ਮੋਟਾ ਗੋਲ ਚੰਗਾ ਗੋਲ ਲੱਗਿਆ ਮਾਸ਼ਾਅੱਲਾ ਠੀਕ ਹੋ ਗਿਆ ਅਗਲੀ ਛੁੱਟੀ ਆ ਗਈ ਜੀ ਇੱਕ ਹੋਰ ਮਾਸ਼ਾਅੱਲਾ ਇਧਰ ਵਾਹ ਜੀ ਵਾਹ ਇੱਕ ਹੋਰ ਚੈੱਕ ਕਰ ਲਓ ਫਿਰ ਆ ਵੇਖਿਆ ਜੀ ਸੰਭਾਲ ਕੇ ਇਧਰ ਲਾ ਜੀ ਕੈਮਰਾ ਵਾਹ ਜੀ ਵਾਹ ਵਾਹ ਠੀਕ ਹੋ ਗਿਆ ਸਲੀ ਕਰੋ ਜੀ ਮਾਸ਼ਾਅੱਲਾ ਜੀ ਇਹਦਾ ਚੈੱਕ ਕੀਤਾ ਹਜ਼ਰ ਸਾਹਿਬ ਸਿਆਣੇ ਦਾ ਕੰਮ ਬਹੁਤ ਰੌਲਾ ਪਾਉਣ ਨਾਲ ਨਾ ਹਾਂ ਉਹ ਸਿਆਣੇ ਬੰਦੇ ਜਿਹੜੇ ਨੇ ਨਾ ਵੀਡੀਓ ਵੇਖਦੇ ਨੇ ਕਮਲਾ ਬੰਦਾ ਤੇ ਕੋਈ ਵੀਡੀਓ ਵੇਖਦਾ ਉਹ ਸਮਝ ਜਾਂਦੇ ਨੇ ਉਹ ਗੱਲਾਂ ਵੀ ਪਛਾਣ ਲੈਂਦੇ ਨੇ ਬੰਦਾ ਕਿ ਬੰਦਾ ਠੀਕ ਹੋ ਗਿਆ ਮਾਲ ਤੋਂ ਪਤਾ ਲੱਗ ਜਾਂਦਾ ਬੰਦਾ ਕਿਵੇਂ ਦਾ ਕੀ ਗੱਲਾਂ ਨੇ ਇਹਦੀ ਗੱਲ ਸੱਚੀ ਹੈ ਝੂਠੀ ਹੈ ਕੀ ਹੈ ਤੇ ਕੀ ਨਹੀਂ ਇੱਥੇ ਸਾਡੇ ਕੋਲ ਚਾਚੂਰੀ ਆਏ ਨੇ ਤਕਰੀਬਨ ਚੌਥੀ ਵਾਰ ਹੋ ਕੇ ਮਾਲ ਲਿਜਾਂਦੇ ਪਏ ਨੇ ਸਾਡੇ ਕੋਲੋਂ ਉਸ ਤੇ ਬਾਬਾ ਰਫੀਕ ਸਾਹਿਬ ਭਾਈ ਸਾਹਿਬ ਨੇ ਬਹੁਤ ਬੜੀ ਦਿਆਦਲ ਬੜੀ ਦੇਰ ਦਾ ਸਾਡੇ ਨਾਲ ਇਹਨਾਂ ਮਾਲ ਲਿਜਾਂਦਾ ਪਿਆ ਸਾਡੇ ਕੋਲ ਫੋਨ ਕਰਦੇ ਨੇ ਅਸੀਂ ਮਾਲ ਇਹਨਾਂ ਨੂੰ ਕਲਾਉਂਦੇ ਹਾਂ ਠੀਕ ਹੋ ਗਿਆ ਬਲਾਇਆ ਉਹਨਾਂ ਨਾਲ ਵੀ ਗੱਲ ਕਰਾਉਂਦੇ ਹਾਂ ਕਿੰਨੀ ਵਾਰੀ ਹੋ ਗਏ ਜਾਂ ਕਿੰਨੇ ਕੁ ਜਾਨਵਰੇ ਤੋਂ ਲੈ ਗਏ ਜੇ ਤੇ ਜਿਹੜੀ ਗੱਲ ਕਰਦੇ ਨੇ ਕਿ ਸੱਚੀ ਹੈ ਕਿ ਝੂਠ ਮਾਰਦੇ ਨੇ ਉਹ ਗੱਲ 'ਚ ਫਰਕ ਵੀ ਨਿਕਲਦਾ ਹੈ ਕਿ ਐਵੇਂ ਕਰਦੇ ਨੇ ਹਾਂ ਸਹੀ ਗੱਲ ਠੀਕ ਹੋ ਗਿਆ ਲਓ ਜੀ ਚੈੱਕ ਕਰੋ ਜੀ ਮਾਸ਼ਾਅੱਲਾ ਤਸੱਲੀ ਦੇ ਨਾਲ ਤਸੱਲੀਆਂ ਕਰਾ ਰਹੇ ਹਾਂ ਸ਼ੌਕ ਕਰਵਾ ਰਹੇ ਹਾਂ ਜਜ਼ਬਾ ਜਨੂਨ ਮਾਸ਼ਾਅੱਲਾ ਜੀ ਇੱਕ ਹੋਰ ਛੁੱਟੀ ਆ ਗਿਆ ਕਿਆ ਬਾਤ ਹੈ ਜੀ ਕਿਆ ਬਾਤ ਹੈ ਅੱਖਾਂ ਤੇ ਲਾਇਆ ਜੇ ਕੰਮ ਮਾਸ਼ਾਅੱਲਾ ਐ ਬਾਂਟੇ ਵਾਂਗੂ ਚਮਕ ਰਹੀਆਂ ਕਾਂ ਐ ਵੇਖੋ ਜੀ ਸਲੀ ਕਰੋ ਮਾਸ਼ਾਅੱਲਾ ਜੀ ਹੁਣ ਟੋਰ ਚੈੱਕ ਕਰੋ ਛੁੱਟੀ ਦੀ ਚਾਰਟ ਚੈੱਕ ਕਰੋ ਥੋੜੀ ਜਿਹੀ ਛੁੱਟੀ ਹੈ ਲਿੱਸੀ ਹਾਂ ਮਾਲ ਆਇਆ ਅਦਰ ਸਭ ਤਾਜ਼ਾ 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 ਹੀ ਹੈ ਠੀਕ ਹੈ ਹਲੇ ਮਾਲ ਦਾ ਨਾ ਥਕੇਵਾ ਵੀ ਨਹੀਂ ਲੱਥਿਆ ਨਹੀਂ ਲੱਥਿਆ ਠੀਕ ਹੈ ਅੱਲਾ ਦੇ ਹੁਕਮ ਨਾਲ ਛੁੱਟੀਆਂ ਟੁੱਟਦੀਆਂ ਨੇ ਪਹਿਲਾਂ ਤਾਂ ਭਰਾਵੇ ਇੱਕ ਮਿੰਟ ਜੁੜੀਆਂ ਥਕਾਵਣ ਨਹੀਂ ਲੱਥਾ ਤੋਂ ਇਹ ਜੀ ਅਦਰ ਹਾਂ ਨਜ਼ਲ ਹੋ ਗਿਆ ਮਾਸ਼ਾਅੱਲਾ ਠੀਕ ਹੈ ਹੁਣ ਸਾਰੀਆਂ ਤੋਤੀਆਂ ਤੇ ਚੋਪੀਆਂ ਵਾਹ ਜੀ ਟੋਟਲ ਮਾਲ ਜਿਹੜਾ ਮਰਜੀ ਆਣ ਕੇ ਜਿੰਦਾ ਦਿਲ ਕਰਦਾ ਨੂੰ ਪੱਟ ਕੇ ਵੇਖੇ ਵਾਹ ਤੋਤੀ ਤੇ ਚੋਗੀ ਕੀ ਬਾਤ ਹੈ ਕੋਈ ਵਿੱਚੋਂ ਖੀਰੀ ਨਿਕਲ ਸਕਦੀ ਹੈ ਛਿੱਗੀ ਨਹੀਂ ਨਿਕਲੇਗੀ ਇਹ ਡਰਾਮਾ ਨਾਲ ਬਾਦ ਇੱਥੇ ਰਾਜ ਕਰਦਾ ਵਾਹ ਜੀ ਵਾਹ ਮਾਸ਼ਾਅੱਲਾ ਠੀਕ ਹੋ ਗਿਆ ਇਹਦਾ ਲਾਓ ਕੈਮਰਾ ਮਾਸ਼ਾਅੱਲਾ ਵਾਹ ਜੀ ਵਾਹ ਚੈੱਕ ਕਰੋ ਜੀ ਠੀਕ ਹੋ ਗਿਆ ਆ ਵੇਖ ਮਾਸ਼ਾਅੱਲਾ ਲਾਓ ਕੈਮਰਾ ਲਈਓ ਜੁੜ ਗਿਆ ਸਾਹਿਬ ਚੱਲੇ ਕੀਤੀ ਹੋ ਜੀ ਲਓ ਜੀ ਇੱਕ ਹੋਰ ਜੁੱਟੀ ਆ ਗਈ ਮਾਸ਼ਾਅੱਲਾ ਜੀ ਹੈ ਕੀ ਬਾਤ ਹੈ ਕੀ ਬਾਤ ਹੈ ਮਾਸ਼ਾਅੱਲਾ ਜੀ ਲਓ ਚੈੱਕ ਕਰ ਚੱਲ ਡਾਲੋ ਚੈੱਕ ਕਰ ਲਓ ਆ ਜਿਹੜੀ ਸਰ ਚੈੱਕ ਕਰਵਾ ਰਹੇ ਆ ਦੋ ਤਿੰਨ ਮਹੀਨੇ ਦੀ ਚੈੱਕ ਕਰਵਾ ਰਹੇ ਆ ਦੋ ਤਿੰਨ ਮਹੀਨੇ ਵਾਲੀ ਜੁੜੀਆਂ ਨੇ ਸਾਹਿਬ ਵਾਹ ਜੀ ਵਾਹ ਕੀ ਬਾਤ ਹੈ ਆ ਚੀਜ਼ ਚੈੱਕ ਕਰ ਲਓ ਜੀ ਮਾਸ਼ਾਅੱਲਾ ਅੱਖਾਂ ਤੇ ਲਾਜ ਲੱਗ ਗਿਆ ਜੀ ਲੱਗ ਗਿਆ ਨਾਲ ਠੀਕ ਹੋ ਗਿਆ ਮਾਸ਼ਾਅੱਲਾ ਹੁਣ ਇਸ ਸਾਈਡ ਚੈੱਕ ਕਰ ਲਓ ਚੱਲ ਦਾਲ ਚੈੱਕ ਕਰਵਾ ਰਹੇ ਇਨਸਲੀ ਦਾ ਜਿਹੜੀ ਚੀਜ਼ ਪਸੰਦ ਆਵੇ ਮੇਰੀ ਫੈਮਲੀ ਨੂੰ ਉਹ ਆਪਣਾ ਸਕਰੀਨ ਸ਼ਾਟ ਰੱਖ ਲਵੇ ਜਲਦੀ ਨਾਲ ਰਾਏ ਸਾਹਿਬ ਨੂੰ ਰਾਬਤਾ ਕਰ ਲਵੇ ਰਾਏ ਸਾਹਿਬ ਦਾ ਫੁੱਲਾ ਲਾਉਣਾ ਹੈ ਕਿ ਜਿੱਥੇ ਮਰਜ਼ੀ ਜਾਓ ਫਿਰ ਫਰਾ ਕੇ ਆ ਕੇ ਸਾਡੇ ਕੋਲ ਤਸੱਲੀਆਂ ਕਰਕੇ ਜਾਓ ਨਾਲ ਲੱਗ ਗਿਆ ਜੀ ਨਾਲ ਲੱਗ ਗਿਆ ਨਾਲ ਗਰੰਟੀਆਂ ਹਜ਼ਰ ਸਾਹਿਬ ਹੈ ਕੋਈ ਸਾਡਾ ਭਰਾ ਸਾਡੇ ਕੋਲ ਨਹੀਂ ਨਾ ਪਹੁੰਚਦਾ ਜਿਹੜਾ ਸਕਰੀਨ ਸ਼ਾਟ ਲਵੇਗਾ ਜਿਹੜਾ ਸੈਂਡ ਕਰੇਗਾ ਨਹੀਂ ਆਵੇ ਮਾਲ ਉਹਦਾ ਘਰ ਪਹੁੰਚੇਗਾ ਹਾਂ ਸਹੀ ਠੀਕ ਹੈ 19 20 ਦਾ ਵੀ ਫਰਕ ਹੋਵੇਗਾ ਤੇ 11 ਗੁਣੇ ਲੋਕੀ ਵਰਦਨ ਅਸੀਂ 22 ਗੁਣਾ ਭਰਾਂਗੇ ਵਾਹ ਜੀ ਵਾਹ 22 ਗੁਣਾ 12 ਗੁਣਾ ਦੇਾਂਗੇ 22 ਗੁਣਾ ਹੀ ਹੈ 22 ਗੁਣਾ ਦੇਾਂਗੇ ਜਿਹੜਾ ਕੋਈ 19 20 ਦਾ ਹੀ ਫਰਕ ਜਿਹੜੀ ਛੁੱਟੀ ਦੀ
ਸਕਰੀਨਸ਼ਾਟ ਗੱਲਣੋ ਨਾ ਪਹੁੰਚੇ 22 ਗੁਣਾ ਦੇ ਆ ਗਏ ਨੇ। ਵਾਹ ਜੀ ਵਾਹ, ਕੀ ਬਾਤ ਹੈ ਸਾਹਿਬ। ਜਿਹੜੀ ਟਾਈਮ ਦੱਸਾਂਗੇ ਟਾਈਮ ਨਾ ਨਿਕਲੇ ਉਹਦੇ ਵੀ ਅਸੀਂ ਜਵਾਬਦਾਰ ਹਾਂ। ਸ਼ਹਿਜ਼ਾਦਾ ਵੀ ਲੱਗਿਆ ਜੀ ਸਾਡਾ, ਮਾਸ਼ਾ ਅੱਲਾ ਜੀ। ਸ਼ਹਿਜ਼ਾਦਾ ਆਇਆ, ਸ਼ਹਿਜ਼ਾਦਾ ਛਾਇਆ, ਸ਼ਹਿਜ਼ਾਦਾ ਅੱਜ ਤਰੀਕਾਂ ਰਕਮ ਕਰ ਦਿੱਤੀਆਂ। ਗਰੰਟੀਆਂ ਕੋਈ ਦੇਵੇਗਾ ਤਾਂ ਸਹੀ ਭਲਾ, ਯੂਟਿਊਬਰ ਦੇ ਗਰੰਟੀਆਂ ਬੰਦੇ ਦਿੰਦੇ ਨੇ ਲੇਕਿਨ ਪੜਦੇ ਕੋਣੀ ਕੋਣੀ ਹੈ ਪੜਦੇ ਰਾ ਸਾਹਿਬ। ਠੀਕ ਹੈ, ਗੱਲ ਦਾ ਸਵਾਦ ਇਸ ਗੱਲ ਦਾ ਕਿ ਜਿੰਨੇ ਜੋਗਾ ਬੰਦਾ ਆਵੇ ਗੱਲ ਉਨੀ ਕਰੇ। ਜੇ ਬੰਦਾ ਟਾਈਮ ਦਿੰਦਾ ਨਾ ਕਿ ਮੈਂ 15 ਦਿਨਾਂ ਦਾ ਜਵਾਬਦਾਰ ਆ ਛੋਟੀ ਫੰਡ ਰੱਖਣ ਕੱਪਣ ਦਾ, ਤੇ ਉਹਨੂੰ ਵਾਪਸ ਵੀ ਲੈਣੀ ਚਾਹੀਦੀ ਹੈ। ਠੀਕ ਹੋ ਗਿਆ। ਅਸੀਂ ਜਿਹੜੀ ਗੱਲ ਕਰਨੇ ਆ ਬੰਦੇ ਜਾ ਕੇ ਕੋਈ ਕਿਸੇ ਕੋਲ ਜਾ ਕੇ ਕਹਿ ਦੇਵੇ ਨਾ ਕਿ ਯਾਰ ਮੈਂ ਉਹਦੇ ਕੋਲ ਗਿਆ ਤੇ ਉਹਨੇ ਮੈਨੂੰ ਇਹਦਾ ਰੇਟ 600 ਦੱਸਿਆ ਜਾਂ 580 ਦੱਸਿਆ ਤੇ ਮੇਰੇ ਕੋਲ 600 ਮੰਗਣ ਲੱਗ ਪਿਆ, ਇਹ ਕੋਲ 6 ਮਹੀਨੇ ਦੀ ਛੁੱਟੀ ਹੈ, ਉਹ ਮੈਂ 580 ਨਾਲ ਕਿਵੇਂ ਦੇ ਦੇਵਾਂ? ਨਹੀਂ ਦੇ ਸਕਦਾ। ਠੀਕ ਹੈ, ਮੈਂ ਤਾਂ ਰੇਟ ਜਿਹੜਾ ਹੈਗਾ ਮੈਂ ਤਾਂ ਰੇਟ ਉਹ ਹੀ ਲਾਉਣਾ। ਬਿਲਕੁਲ ਸਹੀ। ਠੀਕ ਹੈ, ਜਿਹੜਾ ਟਾਈਮ ਹੈਗਾ ਮੈਂ ਟਾਈਮ ਦੱਸਣ ਡਿਆ। ਠੀਕ ਹੈ, ਘੱਟ ਟਾਈਮ ਲੱਗੇ ਨਿਕਲੇ, ਲੋਕੀ ਫੋਨ ਕਰਦੇ ਨੇ ਕਿ ਤੇਰਾ ਛੁੱਟੀ ਦਾ ਘੱਟ ਟਾਈਮ ਨਿਕਲਿਆ ਤੇ ਮੈਂ ਰੇਟ ਘੱਟ ਕਿਉਂ ਕਰਾਂ? ਜਿਹੜੀ ਤਿਆਰ ਸੂਈ ਮੱਝ ਲੈਣੀ ਉਹ 750 ਮਿਲਣੀ ਹੈ। ਠੀਕ ਹੋ ਗਿਆ, ਫਿਰ ਭਰਾ ਕੇ ਆ ਜਾਣਾ, ਆਪਣਾ ਰੀਖ ਲਾ ਕੇ ਆ ਜਾਣਾ। ਤਕਰੀਬਨ 7 ਮਹੀਨੇ ਦੀ ਕੱਪੜ। ਠੀਕ ਹੋ ਗਿਆ, ਇੱਧਰ ਲਓ ਕੈਮਰਾ। ਕਿਆ ਕਹਿਣਾ ਨੇ, ਮੋਲ ਮੋਤੀ ਲੈ ਕੇ ਆ ਗਿਆ ਹਾਫਿਜ਼ ਸਾਹਿਬ। ਵਾਹ ਜੀ ਵਾਹ, ਚੱਕਰ ਥੋੜੀਆਂ ਜੀਆਂ ਥੱਕੀਆਂ ਜੀਆਂ ਨੇ ਲਿਸੀਆਂ ਨੇ। ਬਿਲਕੁਲ ਠੀਕ ਹੈ, ਅੱਲਾ ਦੇ ਹੁਕਮ ਨਾਲ ਇੱਕ ਦਿਨ ਠਹਿਰ ਕੇ ਨਾ ਵੇਖੇ ਇਹੀ ਜੋਟੀਆਂ ਮਾਸ਼ਾਅੱਲਾ ਕਰਮ ਵਾਲੀਆਂ ਆਪਣੀ ਰੇਂਜ ਤੇ ਆ ਜਾਣਗੀਆਂ। ਸੇ ਆਪਣੀ ਆਪਣੀ ਜੀ। ਠੀਕ ਹੈ ਹਾਂ ਜੀ, ਮਾਸ਼ਾਅੱਲਾ ਹੈ। ਚਲੋ ਜੀ, ਚਲੋ ਚਲੋ ਜੀ, ਮਾਸ਼ਾਅੱਲਾ, ਤਸੱਲੀ ਨਾਲ ਚੈੱਕ ਕਰੋ ਜੀ ਇੱਕ ਵਾਰ। ਹਾਏ 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 ਹਾਏ, ਕੀ ਬਾਤ ਹੈ। ਅੱਖਾਂ ਦਾ ਕੈਮਰਾ ਤੁਸੀਂ ਇੱਧਰ ਵੇਖਿਆ, ਤੁਸੀਂ ਇੱਥੇ ਵੇਖਿਆ, ਇੱਧਰ ਇੱਕ ਨਾਲ, ਕੀ ਬਾਤ ਹੈ ਜੀ, ਤਸੱਲੀ ਕਰੋ ਜੀ। ਮਾਸ਼ਾਅੱਲਾ ਵਾਹ ਜੀ ਵਾਹ, ਵਾਹ ਜੀ ਵਾਹ ਜੀ, ਇੱਕ ਹੋਰ ਆ ਗਈ ਜੋਟੀ, ਮਾਸ਼ਾਅੱਲਾ ਮਾਸ਼ਾਅੱਲਾ, ਵਾਹ ਜੀ ਵਾਹ, ਕੀ ਕਹਿਣੇ ਜੀ, ਕੀ ਕਹਿਣੇ ਸਾਹਿਬ, ਤੁਹਾਡੀਆਂ ਨਹੀਂ ਰੀਸਾਂ ਦੱਸਾਂ ਮਾਲ ਚ ਇੱਕ ਦੂਸਰੀ ਖੁੱਲਦੀ ਪਈ ਹੈ ਕਿ ਨਹੀਂ? ਨਾ ਜੀ ਨਾ, ਉਹ ਤੇ ਗੱਲ ਦੋ ਦਿਨ ਵੀਡੀਓ ਬਣ ਰਹੀ, ਟੋਟਲ ਲੈਣ ਸਿਰ ਸਾਰੇ ਡੰਗਰ ਵਿਖਾ ਰਹੇ। ਹਾਂਜੀ ਹਾਂਜੀ ਹਾਂਜੀ, ਤੁਸੀਂ ਪਰੇਸ਼ਾਨੀ ਨਾ ਲਵੋ, ਅੱਲਾਹ ਖੈਰ ਕਰੇਗਾ। ਸਭ ਤੋਂ ਪਹਿਲੇ ਆਪਣੇ ਘਬਰਾਉਣਾ ਨਹੀਂ ਹੈ। ਹਾਂਜੀ ਲਓ ਜੀ, ਅੱਗੇ ਚਲੋ ਜੀ। ਭਾਈਓ ਭਾਈਓ ਭਾਈਓ, ਮਾਸ਼ਾਅੱਲਾ, ਅੱਗੇ ਮਾਲ ਚੈੱਕ ਕਰੋ, ਦੇਖੋ ਨਾ ਰੌਣਕਾਂ ਲੱਗ ਗਈ, ਅਗਰ ਮਾਲ ਨਾ ਵਿਕੇ ਐਸੇ ਰੌਣਕਾਂ ਲੱਗ ਰਹੀਆਂ ਨੇ। ਵਾਰ ਵਾਰ ਲੋਕ ਆਉਂਦੇ ਨੇ, ਚਾਚੇ ਦੀ ਜ਼ਬਾਨੇ ਸਾਰੀਆਂ ਗੱਲਾਂ ਮੈਂ ਪੁੱਛਾਂਗਾ, ਕਿਉਂ ਕਿੰਨੀ ਵਾਰੀ ਹੋ ਗਈ ਆਉਂਦੇ ਆਇਆਂ ਨੂੰ ਇੱਥੇ ਬਾਬਾ ਜੀ ਵਾਲਿਆਂ ਨੂੰ। ਅਤੇ ਮਾਸ਼ਾਅੱਲਾ ਮਾਲ ਦੀ ਕੁਆਲਿਟੀ ਗਰੰਟੀਆਂ ਮੇਰਾ ਭਰਾ ਦਿੰਦਾ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਵਾਹ ਜੀ ਵਾਹ, ਕਿਆ ਕਹਿਣੇ ਜੀ, ਕਿਆ ਕਹਿਣੇ ਜੀ, ਕਿਆ ਕਹਿਣੇ, ਵਾਹ ਵਾਹ, ਜੋੜੇ ਦੇਖ ਜੋੜਾ ਹੈ, ਜੋੜਾ ਤੇ ਮੁੱਲ ਬੜਾ ਥੋੜਾ, ਕਿਆ ਬਾਤ ਹੈ, ਕਿਆ ਬਾਤ ਹੈ, 630 ਰੁਪਏ ਕਿਲੋ ਹੋ ਗਿਆ ਜੀ। ਕੋਈ ਗੱਲ ਨਹੀਂ, 50 ਰੁਪਏ ਵੱਧ ਗਿਆ, ਮਾਰਕੀਟ ਦੇ ਨਾਲ ਚੱਲਦੇ ਨੇ। ਨਹੀਂ 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 ਅਜ਼ਰ ਸਾਹਿਬ, ਮਾਰਕੀਟ ਵਿੱਚ ਪਤਾ ਕਰ ਲਓ। ਹਾਂਜੀ, ਮਾਰਕੀਟ ਮੈਂ ਗੱਲ ਕਰ ਰਹੀ, ਰੇਟ ਦਾ ਪਤਾ ਕਰ ਲਓ, ਫਿਰ ਆ ਜਾਵਣ ਯਾਰ ਅਜੇ ਤਾਂ ਹਰ ਅਸਲ ਵਿੱਚ ਸਵਾ ਕਰਨਾ ਹੈ, 15 ਦਿਨਾਂ ਬਾਅਦ ਬਣਦੀ, 15-16 ਦਿਨਾਂ ਬਾਅਦ। ਹਾਂਜੀ, ਅਸੀਂ ਤਾਂ ਕਿ ਹਰ ਪਾਸੇ ਜਾਵਣ, ਹਰ ਪਾਸੇ ਫਿਰ ਪ੍ਰੋਜੈਕਟ ਤੇ ਸਾਡੇ ਕੋਲ ਆ ਜਾਵਣ। ਹਾਂਜੀ, ਇਹ ਸੁਧਾ ਤਾਂ ਬਣੇ ਨਹੀਂ। ਨਹੀਂ ਜੀ ਨਹੀਂ, ਪ੍ਰੋਜੈਕਟ ਤੇ ਸਾਡੇ ਕੋਲ ਆ ਜਾਵਣ। ਮਾਸ਼ਾਅੱਲਾ, ਚਲੋ ਜੀ, ਪਰਲੇ ਪਾਸੇ ਤੋਰੋ ਹੁਣ, ਲਓ ਜੀ
ਤਸੱਲੀ ਕਰੋ। ਵਾਹ ਜੀ ਵਾਹ, ਕਿਆ ਕਹਿ ਰਹੇ, ਜੋੜਾ ਇਕੱਠਾ ਤੋੜਿਆ ਕਰੋ, ਉਹਨਾਂ ਨੂੰ ਤੁਹਾਨੂੰ ਇੰਨਾ ਐਕਸਪੀਰੀਅੰਸ ਨਹੀਂ। ਵਾਹ, ਇੱਥੇ ਹੁਣ ਤੋੜੋ, ਮਾਸ਼ਾ ਅੱਲਾ ਰੱਖੋ ਨਾ ਜੀ, ਚੱਲਦਾ ਚੱਕਰ ਜੀ, ਹੈਂ ਮਾਸ਼ਾ ਅੱਲਾ, ਕਿਆ ਕਹਿ ਰਹੇ। ਚਲੋ ਜੀ, ਸੱਤ ਛੇ ਸੱਤ ਮਹੀਨੇ ਲਿਖਾ ਲਓ, ਇਸ ਸਾਈਡ 'ਤੇ ਆ ਜਾਓ, ਚੱਕਰ ਮਾਰ ਲਿਓ। ਮਾਸ਼ਾ ਅੱਲਾ ਜੀ, ਅਸਲ ਜੁੱਟੀਆਂ ਮਾਇਓ ਸਫਾਰੀ ਜੁੱਟੀਆਂ, ਕਿਹੜੀ ਅੱਲਾ ਵਾਸਤੇ ਲੈਣੀ ਹੈ ਕਿਸੇ ਕੋਲੋਂ, ਠੀਕ ਹੈ, ਲੇਕਿਨ ਇੱਕ ਚੰਗੀ ਜੁੱਟੀ ਲਵੋ, ਬਿਲਕੁਲ ਠੀਕ ਹੈ, ਜਿਹੜੀ ਤੁਹਾਡੇ ਦਿਲ ਨੂੰ ਚੰਗੀ ਲੱਗੇ, ਠੀਕ ਹੋ ਗਿਆ, ਉਹ ਜੁੱਟੀ ਦੇ ਪੈਸੇ ਭਰੋ, ਚੈੱਕ ਕਰ ਲੋ ਜੀ, ਤਸੱਲੀ ਕਰੋ ਜੀ, ਸ਼ੌਕ ਕਰੋ ਜੀ, ਇੱਥੇ ਮੁੱਕਿਆ ਜੇ ਸ਼ੌਕ, ਇੱਥੇ ਕਰਵਾ ਜਾਂਦਾ ਹੈ ਸ਼ੌਕ। ਲਓ ਜੀ, ਅੱਗੇ ਆ ਕੇ ਬੱਗੀ ਮੋਛ ਵਾਲੀ ਆਇਆ ਜੀ, ਆਇਆ ਜੀ, ਚਾਚਾ ਬੂਟਾ ਆਇਆ ਜੀ, ਦੋਸਤਾਂ ਭਰਾਵਾਂ ਨੂੰ ਸਲਾਮ ਹੈ ਜਨਾਬ, ਵਾਲਕਮ ਸਲਾਮ, ਜਾਨਵਰ ਭਾਈ ਵਿਖਾ ਰਿਹਾ ਹੈ, ਹਾਂਜੀ ਵਿਖਾਓ ਜੀ, ਅਗਰ ਦਿਲ ਨੂੰ ਚੰਗੇ ਲੱਗਣ ਨਾ ਤਾਂ ਮਾਸ਼ਾਅੱਲਾ ਦਾ ਕਮੈਂਟ ਜ਼ਰੂਰ ਕਰਨਾ, ਹਾਂਜੀ, ਮਿਹਨਤ ਕਰਦੇ ਆ ਜਾਨਵਰ ਲੱਭ ਲਵਾ ਕੇ ਲਿਆਉਂਦੇ ਆ, ਬਿਲਕੁਲ ਲੈਣਾ ਦੇਣਾ ਤਾਂ ਨਸੀਬ ਦੀ ਗੱਲ ਹੈ, ਹਾਂਜੀ, ਉਹ ਤਾਂ ਬਣਾ ਕੇ ਕਮੈਂਟ ਤਾਂ ਕਰ ਸਕਦੇ ਹੋ, ਮਾਸ਼ਾਅੱਲਾ ਲਿਖ ਸਕਦੇ ਨੇ ਜਾਨਵਰ, ਸਾਡੇ ਦੋਸਤਾਂ ਭਰਾ ਨੂੰ ਵਿਖਾਓ, ਹਾਂ ਨਸਲ ਪੂਰੀ, ਹਾਂ ਵੇਖੋ ਬਰੀਕੀਆਂ, ਹਾਂ ਬਿਲਕੁਲ ਬਿਲਕੁਲ ਬਿਲਕੁਲ, ਛੋਟੀਆਂ ਸਿੰਗੀਆਂ ਸਿੰਗੀਆਂ ਬਿਲਕੁਲ ਬਰੀਕ ਜਾਨਵਰ, ਹਾਂ ਬਿਲਕੁਲ, ਠੀਕ ਹੈ ਨਾ, ਬਰੀਕ ਚਮੜੀ, ਇਹ ਜਾਨਵਰ ਜਿਹੜਾ ਬੰਦਾ ਲਵੇਗਾ ਨਾ ਕਾਰੋਬਾਰ ਵਾਸਤੇ, ਹਾਂ ਠੀਕ ਹੈ ਨਾ, ਅੱਜ ਬਿਲਕੁਲ ਇਹ ਨਾਰਮਲ ਨੇ, ਬਿਲਕੁਲ ਬਦਲੇ ਨਾਰਮਲ ਸਮਝੇਗਾ ਤੇ ਇਨਸ਼ਾਅੱਲਾ ਫਾਇਦਾ ਹੋਏ, ਬਿਲਕੁਲ ਸਹੀ ਗੱਲ ਹੈ, ਕਿਉਂਕਿ ਤਿਆਰ ਹੋ ਕੇ ਖੁਸ਼ੀ ਜਿਹੜੀ ਹੈ ਨਾ ਸਾਢੇ 3-4 ਲੱਖ ਤੋਂ ਮਾਮੂਲੀ ਜੁੱਟੀ ਹੋ, ਮੈਂ ਐਵੇਂ ਗੱਲ ਹੈ, 4-5 ਲੱਖ ਤਾਂ ਐਵੇਂ ਮੂਲ ਹੀ ਹੋਵੇ, ਜਿਹੜੇ ਬੰਦੇ ਨੇ ਲੈਣੀ ਹੈ ਨਾ ਮਤਲਬ ਕਾਰੋਬਾਰ ਵਾਸਤੇ, ਹਾਂ ਉਹਦੇ ਵਾਸਤੇ ਸਭ ਤੋਂ ਬੈਸਟ, ਅੱਛਾ ਅੱਛਾ ਬਿਲਕੁਲ ਸਹੀ, ਕਾਰੋਬਾਰ ਕਰਨ ਵਾਸਤੇ 10 ਜੋੜੀਆਂ ਪਾਉਂਦਾ ਤੇ ਅੱਲਾ ਦੇਖੋ ਨਾ, ਵਜ਼ਨ ਹੈ ਮਾਸ਼ਾਅੱਲਾ, ਸਾਡੇ ਕੋਲ ਜਿਹੜੇ ਦੋਸਤ ਭਰਾ ਹੁੰਦੇ ਨਾ ਉਹ ਆਪਣੀ ਮਰਜ਼ੀ ਕਰਦੇ, ਬਿਲਕੁਲ ਤੇ ਉਹਦਾ ਵਜ਼ਨ ਇੱਕ ਤੇ ਨਹੀਂ, ਨਹੀਂ ਜ਼ਮੀਨ ਸਵਾਲ ਵੱਡੀ ਹੈ, ਉਹ ਜਿੰਨਾ ਗੁੜ ਪਾਈ ਉਹਨਾਂ ਮਿੱਠਾ ਹੋਣਾ, ਹਾਂ ਬਿਲਕੁਲ, ਦਿੰਦਾ ਜਨਾਬ 5 ਮਹੀਨੇ ਟਾਈਮ ਹੈ, ਹਾਂ 5 ਮਹੀਨੇ, ਮਾਸ਼ਾਅੱਲਾ, ਚੈੱਕ ਕਰੋ ਜੀ, ਕੀ ਬਾਤ ਹੈ, ਕੀ ਬਾਤ ਹੈ, ਬਰੀਕ ਕਿੰਨੀ, ਵਾਹ ਜੀ ਵਾਹ ਜੀ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਜਿਹੜੇ ਬੰਦੇ ਆਦੇ ਨਾ ਸਾਨੂੰ 7-8 ਮਹੀਨੇ ਦੀ ਚਾਹੀਦੀ, ਹਾਂਜੀ ਉਹ ਵੀ ਮਿਲ ਜਾਏ, ਬਿਲਕੁਲ ਸਹੀ, ਮਾਸ਼ਾਅੱਲਾ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ, ਕੀ ਕਹਿ ਰਿਹਾ, ਕੱਟੀ ਹਲੇ ਬਿਲਕੁਲ,
ਅੱਲਾ ਦੇ ਹੁਕਮ ਨਾਲ, ਕਿਉਂਕਿ ਇਹ ਨਸਲ ਹੈ। ਹਾਂਜੀ ਮੁੜੇ ਵੇਖਿਆ ਤੂੰ ਥੱਲੇ ਨਾਲ, ਹਾਏ ਹਾਏ ਥਣ ਚੈੱਕ ਕਰੋ ਮਾਸ਼ਾਅੱਲਾ ਕਿਆ ਬਾਤ ਹੈ। ਇਹ ਜਿਹੜੀਆਂ ਨਸਲਾਂ ਹੁੰਦੀਆਂ ਨਾ ਉਹਨਾਂ ਦੇ ਵਿੱਚ ਹੀ ਸ਼ਾਮਿਲ ਹੁੰਦਾ। ਹਾਂ ਚੰਗੀ ਨਸਲ ਦਾ ਜਾਨਵਰ ਹੈ ਨਾ, ਉਹ ਇਹ ਨਹੀਂ ਵੀ ਉਹਦਾ ਸਿਰ ਚੰਗਾ ਹੋਵੇਗਾ, ਹਾਂ ਉਹਦੇ ਸਾਰੇ ਕੰਮ ਇੰਨਾ ਤੁੰਨੀ ਹੋਵੇਗੀ ਨਾ ਕੋਲੀ, ਥਣ ਸੋਹਣੇ ਹੋਣਗੇ ਸ਼ਾਹਕਾਰੀਆਂ ਅੱਖਾਂ ਬਿਲਕੁਲ, ਤੇ ਛੋਟੀ ਸਿਰੀ ਪਿੱਛੋਂ ਵੱਡੀ ਬਰੀਕ ਜੋ ਠੀਕ ਹੈ ਕਿਆ ਬਾਤ ਹੈ ਵੀ ਉਹਦੇ ਮਤਲਬ ਤੁਸੀਂ ਵਿਖਾਓਗੇ ਜੀ ਇਹ ਸਾਡੀ ਨਸਲ ਦੀ ਹੈ, ਅੱਖਾਂ ਕਾਲੀਆਂ ਨੇ ਸਿਰ ਚੰਗਾ ਪਿੱਛੂ ਉਹ ਚੰਗੀ ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ, ਜਿਹੜੀ ਚੰਗੀ ਸ਼ਹਿ ਨਾ ਉਹਦੇ ਸਾਰੇ ਕੰਮ ਹੀ ਚੰਗੇ ਹੋਣਗੇ। ਬਿਲਕੁਲ ਸਹੀ ਹੈ, ਹਾਂਜੀ ਖਰਚਾ ਹੀ ਲਓ ਜੀ ਆਏ ਮਾਲ ਪੂਰੀ ਪੰਡ ਪਾਵੇ ਠੀਕ ਹੈ ਨੀਲੀ ਦਾ ਬ੍ਰਾਂਡ ਹੈ ਮਾਸ਼ਾਅੱਲਾ, ਦੁੱਲੜ ਕੱਟੀ ਦੁੱਲੜ ਕੱਟੀ ਆ ਲਿਆ ਫੜੇ ਨਾ ਯਾਰ ਜਿਹਦੇ ਥੱਲੇ ਤੇ ਲਾਏ ਮਾਰੇ ਦਾ ਜੀ ਮਾਸ਼ਾਅੱਲਾ, ਇਹ ਤਾਂ ਕਿਸਮਤ ਵਾਲੇ ਰੱਖਦੇ ਨੇ, ਕਿਸੇ ਬਣਾਇਆ ਆ ਤਾਂ ਨਹੀਂ ਨਾ ਜੀ, ਇੱਕ ਵਿਗਾ ਥਣ ਕੀ ਹੋ ਜਾ ਲੱਗਾ ਆ ਕੱਟੀ ਮਾਸ਼ਾਅੱਲਾ ਕੀ ਬਾਤ ਕਰਦੇ ਮਾਸ਼ਾਅੱਲਾ, ਫਿਰ ਆ ਦੋ ਬਟਨ ਹੀ ਵਿਗਾਓ ਹਾਂ ਨਹੀਂ ਜੀ ਹਾਂ ਵਾਕੇ ਠੀਕ ਹੈ ਸ਼ਾਕਾਲੀ ਇੱਕ ਹੋਰ ਦੁੱਲੜ ਠੀਕ ਹੈ ਇੱਕ ਆ ਸਾਡੇ ਕੋ ਮਾਝੇ ਸੂਆ ਸੀ ਇੱਕ ਸੂਆ ਸੀ ਇਹ 8 ਮਹੀਨੇ ਦੀ ਗੱਬਣ 8 ਮਹੀਨੇ ਦੀ ਗੱਬਣ ਹੈ ਇਹ ਵੀ ਦੁੱਲੜ ਹੈ ਮਾਸ਼ਾਅੱਲਾ ਜੀ ਵਾਹ ਜੀ ਵਾਹ ਲਓ ਜੀ ਆ ਵੀ ਚੱਕਰ ਆ ਵੀ ਦੁੱਲੜ ਜੀ ਠੀਕ ਹੈ ਕੀ ਬਾਤ ਹੈ ਜੀ ਅੱਜ ਤਾਂ ਦੁੱਲੜਾਂ ਕੱਟੀਆਂ ਲੈਣਾ ਲਾਲ 8 ਮਹੀਨੇ ਦੀ ਇਹ ਜਿਹੜੀ ਹੈ ਨਾ ਹਾਂ 750 ਰੁਪਏ ਤੋਲ ਕੇ ਦੇਣੀ ਹੈ ਹਾਂ ਉਹ ਜਿਹੜੀ ਉਹ 750 ਰੁਪਏ ਤੋਲ ਕੇ ਦੇਣੀ ਜਿਹੜੀ ਉਹ ਦੁੱਲੜ ਕੱਟੀ ਹੈ ਦੁੱਲੜ ਕੱਟੀ ਹੈ ਉਹ ਜਿਹੜੀ ਹੈ ਉਹ ਤਕਰੀਬਨ 20 ਡੰਗਾਂ ਦੀ ਸਾਈਆਂ ਦੀ ਆਵਾਜ਼ ਹੈ ਸਾਡੀ ਕੋਈ ਆਵਾਜ਼ ਨਹੀਂ ਸਹੀ ਹੈ ਅਸੀਂ ਆਨੇ ਫੰਡਰ ਗੱਬਣ ਸਾਈਆਂ ਦੀ ਸਾਈਆਂ ਦੀ ਅਸੀਂ ਉਹਦੇ ਵਿੱਚ ਕੋਈ ਰਿਸਕ ਵਾਲਾ ਕੰਮ ਨਹੀਂ ਕਰਨਾ ਬਿਲਕੁਲ ਸਹੀ ਠੀਕ ਹੈ 8 ਮਹੀਨੇ ਦੀ ਗੱਬਣ ਹੈ ਹਾਂਜੀ ਕੁਛ ਤਾਂ ਬੋਲਿਆ ਕਰ ਮੌਲਵੀ ਅੱਜ ਤੈਨੂੰ ਕੀ ਗੱਲ ਹੈ ਢਿੱਲਾ ਢਿੱਲਾ ਬੜਾ ਕਾਲੀ ਜੋਟੀ ਬਿਲਕੁਲ ਥੱਲੇ ਤੇ ਲਾ ਲੋ ਜੀ ਲੱਗ ਗਿਆ ਥੱਲੇ ਤੇ ਅੱਲਾ ਫਿਰ ਅਸਲਾਮ ਤੇ ਜਿਹੜੀਆਂ ਗੱਲਾਂ ਕਰੀ ਦੀਆਂ ਨੇ ਸੱਚੀਆਂ ਵੀ ਦੀਆਂ ਨੇ ਕਿ ਵਿੱਚ ਕੋਈ ਗਲਤ ਬਿਆਨ ਵੀ ਕਰਦੇ ਨੇ ਹਾਂਜੀ ਲਾਲਾ ਜੀ ਇਹ ਬਿਲਕੁਲ ਸੱਚੀਆਂ ਨੇ ਜਿਹੜੇ ਤੁਸੀਂ ਮਾਕੀ ਤੇ ਵੀ ਮਾਰ ਹੋ ਗਈ ਜਾਂਦੇ ਤੀਜੀ ਚੌਥੀ ਵਾਰ ਆਉਂਦੇ ਮਾਸ਼ਾਅੱਲਾ ਜੀ ਜਿਹੜੀ ਗੱਲ ਇਹ ਕਰਦੇ ਨੇ ਰਾਏ ਹੱਕ ਜੋ ਇਹ ਸਾਹਿਬ ਆਇਆ ਕਿ ਉਸ ਗੱਲ ਦੇ ਪਹਿਰੇਦਾਰ ਵੀ ਹੁੰਦੇ ਨੇ ਕਿ ਨਹੀਂ ਬਿਲਕੁਲ ਪਹਿਰੇਦਾਰ ਹੁੰਦੇ ਨੇ 10 ਝੋਟੀਆਂ ਖੜੀਆਂ ਨੇ ਇੱਕ ਝੋਟੀ ਖਾਲੀ ਨਹੀਂ ਕਿ ਸਪੈਸ਼ਲ ਇੱਥੋਂ ਡਾਕਟਰ ਗਿਆ ਜਾ ਕੇ ਚੈੱਕ ਕਰਕੇ ਵਾਪਸ ਝੋਟੀ ਲਈ ਨੇ ਉਹਦੇ ਬਦਲੇ ਝੋਟੀ ਦਿੱਤੀ ਕੀ ਬਾਤ ਹੈ ਜੀ
ਜਿਹੜਾ ਬੰਦਾ ਇੱਥੋਂ ਨਨਕਾਣੇ ਡਾਕਟਰ ਜ਼ਿਲ੍ਹੇ ਗੁਜਰਾਤ ਵੀ ਟੋਰਦਾ, ਕੋਈ ਬੰਦਾ ਨੀ ਟੋਰਦਾ, ਨਹੀਂ ਟੋਰਦਾ ਜ਼ਹਿਰ ਰਾਏ ਆਕਬ ਜੀ। ਹਾਂ ਸ਼ਹਿਜ਼ਾਦਾ ਜੀ, ਕੀ ਬਾਤ ਹੈ। ਚਾਰ ਪੰਜ ਹੋਰ ਪਸੰਦ ਕੀਤੀਆਂ ਨੇ ਨਾਲ, ਉਹ ਵੀ ਲੱਦ ਕੇ ਲੈ ਗਏ ਨੇ, ਉਹ ਬਦਲ ਕੇ ਦਿੱਤੀ ਏ ਤੇ ਹੋਰ ਵੀ ਲਗਾਏ ਨੇ, ਅੱਜ ਫੇਰ ਆਏ ਨੇ ਸਾਡੇ ਕੋਲ, ਅੱਜ ਫੇਰ ਆਣ ਕੇ ਮਾਲ ਲੈਂਦੇ ਪਏ ਨੇ। ਠੀਕ ਹੋ ਗਿਆ ਜੀ? ਠੀਕ ਹੈ ਜੀ, ਮਾਸ਼ਾਅੱਲਾ। ਹਾਂ ਜੀ, ਇਹ ਗੱਲ ਹੈ ਜੀ, ਠੀਕ ਹੈ। ਮਾਸ਼ਾਅੱਲਾ, ਨਹੀਂ ਲੋਕਾਂ ਨੂੰ ਆਪਣਾ ਇਜ਼ਹਾਰ ਦੱਸੋ, ਦੋਸਤਾਂ ਨੂੰ ਦੱਸੋ ਆਇਆ ਕਿ ਰਾਏ ਸਾਹਿਬ ਜਿਸ ਦੀ ਗੱਲ ਕੀਤੀ ਹੈ। ਇਹ ਗੱਲ ਕਰਨੇ ਆ ਕਿ ਆਪਣਾ ਰਾਏ ਅਕਬ ਕੋਲੋਂ ਮਾਲ ਖਰੀਦੋ, ਇਹ ਗਾਰੰਟੀ ਸ਼ੁਦਾ ਮਾਲ ਦਿੰਦਾ, ਮਾਲ ਚ ਕੋਈ ਵਜ੍ਹਾ ਹੋਵੇ ਮਗਰ ਜਾਂਦਾ ਆਪੂ ਜਾਏਗਾ। ਕੀ ਬਾਤ ਹੈ! ਚੌਧਰੀ ਰਿਆਜ਼ ਸਾਹਿਬ ਕੋਲ 14 ਝੋਟੀਆਂ ਵੀ ਖੜੀਆਂ ਨੇ, ਝੋਟੀ ਖਾਲੀ ਨਿਕਲੀ ਹੈ, 3 ਮਹੀਨੇ ਨੇ, 2 ਮਹੀਨੇ ਹੋ ਚੱਲੇ, ਸਲਾਹ ਪਿਆ ਕਰਦਾ ਵਾਪਸ ਲੈਣੀ ਹੈ ਕਿ ਨਾ। ਅੱਛਾ, ਸਮਝੀ ਗੱਲ। ਨਾਲ ਇਹ ਕਹਿੰਦਾ ਕਿ ਸਾਰੀਆਂ ਭੇਜ ਦੋ, ਮੈਂ ਜਿਹੜੀਆਂ ਮੈਂ ਰੱਖੀਆਂ ਨੇ, ਮਾੜੇ ਬੰਦੇ ਤੂੰ ਤੇ ਤਗੜਾ ਬੰਦਾ ਨਾ, ਉਹ ਵੀ ਲੈ ਆ ਨਾਲ। ਹਾਂ ਬਿਲਕੁਲ, ਨਹੀਂ ਸੁਲਾ ਸਫਾਈ ਚ ਕੰਮ ਕਰਨਾ ਚਾਹੀਦਾ, ਸੁਲਾ ਸਫਾਈ ਚ ਕਰਨਾ ਚਾਹੀਦਾ। ਆਦਰ ਸਾਹਿਬ ਪਤਾ ਗੱਲ ਕੀ, ਉਹਦਾ ਜ਼ੇਨ ਨੇ, ਉਹਦਾ ਫੇਲ ਹੈ। ਹਾਂਜੀ, ਸਾਡਾ ਆਪਣਾ ਜ਼ੇਨ, ਅਸੀਂ ਆਪ ਖੁਦਾ ਨੂੰ ਜਾਣ ਦੇਣੀ ਹੈ। ਕੋਈ ਮਾਲ ਨਹੀਂ ਖਰੀਦਣਾ, ਇਹ ਗੱਲ ਕਰਨੀ ਚਾਹੁੰਦੇ ਆ ਕਿ ਉਹਨੂੰ ਚਾਹੀਦਾ ਕਿ ਝੋਟੀ ਖਾਲੀ ਹੈ, ਉਹਨੂੰ ਵਾਪਸ ਲੈਣਾ, ਉਹ ਵਾਪਸ ਕਰਨੀ ਚਾਹੀਦੀ ਹੈ। ਇਹ ਤਾਂ ਗੱਲ ਹੱਕ ਦੀ ਕਰਨੀ ਚਾਹੀਦੀ, ਮੈਂ ਵੀ ਰਿਕੁਐਸਟ ਕਰਾਂਗਾ। 2 ਦਿਨ ਦਾ ਟਾਈਮ ਦਿੱਤਾ ਹੈ ਭਾਈ ਅਕਬਰਾ ਨਾ, 2 ਦਿਨ ਦੀ ਬਾਅਦ ਡਾਕਟਰ ਨੇ ਭੇਜਿਆ, ਜਾ ਕੇ ਝੋਟੀ ਚੈੱਕ ਕੀਤੀ, ਝੋਟੀ ਖਾਲੀ ਨਿਕਲੀ, ਝੋਟੀ ਦੇ ਬਦਲੇ ਅਗਲੇ ਝੋਟੀ ਦਿੱਤੀ, ਸਵਾਦ ਤੇ ਆਇਆ ਨਾ ਲਾਇਆ, ਇਹਨੇ ਕੰਮ ਦੇ ਸਵਾਦ ਆ ਗਏ। ਦੁਬਾਰਾ ਤੁਸੀਂ ਅੱਜ ਫਿਰ ਆਏ ਖੜੇ ਜੇ ਨਾ, ਕੀ ਬਾਤ ਹੈ! ਅੱਜ ਫਿਰ ਇਹਨਾਂ 10-12 ਝੋਟੀਆਂ ਲੈ ਕੇ ਜਾ ਗਏ ਨੇ। ਗੱਲ ਕਰਨ ਦਾ ਮਕਸਦ ਹੈ ਕਿ ਉਹਨਾਂ ਰੱਬ ਨੂੰ ਆਪਣੀ ਜਾਨ ਦੇਣੀ ਹੈ, ਉਹਨਾਂ ਆਪਣਾ ਹਿਸਾਬ ਕਿਤਾਬ ਦੇਣਾ, ਅਸੀਂ ਆਪਣਾ ਦੇਣਾ। ਬਿਲਕੁਲ, ਅਸੀਂ ਇਹ ਆਨੇ ਕਿ ਅਸੀਂ ਕਿਉਂ ਕਿਸੇ ਨਾਲ ਜ਼ੁਲਮ ਹੋਵੇ, ਅਸੀਂ ਵੀ ਜਾ ਕੇ ਮਰਨਾ, ਸਾਹ ਵੀ ਦੇਣਾ ਸਾਰਾ, ਇਹ ਦੁਨੀਆਂ ਦਾ ਮਾਲ ਦੁਨੀਆਂ ਦਾ ਰਹਿ ਜਾਣਾ, ਕੋਈ ਬੰਦਾ ਨਾਲ ਲਿਜਾਂਦਾ ਵੇਖਿਆ ਜੇ। ਠੀਕ ਹੈ, ਜ਼ਿੰਦਗੀ ਤੇ ਮੌਤ ਦਾ ਕੀ ਪਤਾ ਕਿ ਤੂੰ ਘਰ ਵੀ ਜਾਣਾ ਕਿ ਨਹੀਂ ਜਾਣਾ। ਠੀਕ ਹੈ, ਲੇਕਿਨ ਇਨਸਾਨ ਨੂੰ ਇੰਜ ਦਾ ਕਰਨਾ ਚਾਹੀਦਾ ਕਿ ਬੰਦਾ ਕੋਈ ਮਰ ਵੀ ਜਾਵੇ ਤੇ ਮਗਰੋਂ ਆ ਕੇ ਯਾਰ ਬੰਦਾ ਚੰਗਾ ਸੀ। ਅੱਛੇ ਲਫ਼ਜ਼ਾਂ ਯਾਦ ਕਰ, ਜਿਹੜੇ ਬੰਦੇ ਨੂੰ ਪਤਾ ਪਿਆ ਲੱਗਦਾ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਬੰਦੇ ਆਉਂਦੇ ਨੇ, ਮੇਰੇ ਕੋਲੇ ਪੂਰਾ ਜ਼ਿਲ੍ਹਾ ਗੁਜਰਾਤ ਆਉਂਦਾ ਮਾਲ ਵੇਖ, ਮੈਂ ਕਹਿੰਦਾ ਭਾਈ ਰਾਗ ਅਕਬ ਕੋਲੋਂ ਝੋਟੀਆਂ ਲਿਆਵੋ, ਗਾਰੰਟੀ ਸ਼ੁਦਾ ਹੈ, ਮਗਰ ਡਾਕਟਰ ਭੇਜਦਾ ਕੋ ਮਸਲਾ। ਕੀ ਬਾਤ ਹੈ ਜੀ! ਇਹ ਤੋਂ ਵੱਧ ਹੋਰ ਕਿਹੜੀ ਚੀਜ਼ ਚਾਹੀਦੀ ਹੈ? ਹਾਂ ਬਿਲਕੁਲ ਜੀ, ਮਾਸ਼ਾਅੱਲਾ ਜੀ, ਅੱਗੇ ਜੋੜਾ ਵੇਖੋ ਜੀ, ਮੁੱਲ ਬੜਾ ਥੋੜਾ ਵੇਖੋ ਜੀ, ਨਾਮ ਹਾਂ ਜੀਓ ਜੀਓ, ਚਾਚਾ ਬੁੱਢਾ ਜੀਓ, ਜੋੜੀਆਂ ਦੀਆਂ ਜਵਾਨੀਆਂ ਵੇਖੋ, ਹਾਂ ਨਸਲਾਂ ਵੇਖੋ, ਹਾਂਜੀ ਇਹਨਾਂ ਥੱਲਿਆਂ ਤੇ ਲਾਓ, ਹਾਂ ਟਾਈਮ ਇਹਨਾਂ ਦਾ ਵੀ 2.5-3 ਮਹੀਨੇ, 2.5-3 ਮਹੀਨੇ ਜੀ, ਅੱਲਾ ਦੇ ਹੁਕਮ ਨਾਲ ਲਓ ਜੀ, ਚੈੱਕ ਕਰਾਓ ਸੁਤਰੇ ਜਾਨਵਰ ਨੇ ਇੱਥੇ, ਯਾਰ ਜਿਹੜਾ ਟਾਈਮ ਦੱਸਾਂਗੇ ਨਾ, ਅੱਲਾ ਦੇ ਹੁਕਮ ਨਾਲ ਪੂਰਾ ਨਿਕਲੇਗਾ, ਜੇ ਅਗਰ ਕੋਈ 19 ਵੀ ਹੁੰਦੀ ਹੈ ਤੇ ਅਸੀਂ ਉਹਨੇ ਜਵਾਬਦਾਰ ਹੋਵਾਂਗੇ ਜੀ। ਠੀਕ ਹੈ ਜੀ, ਮਾਸ਼ਾਅੱਲਾ ਭਾਈਏ ਪਿੱਛੋ ਜੀ ਹੋਵੇਗੀ ਤੇ ਅਸੀਂ ਉਹਨੇ ਜਵਾਬਦਾਰ ਹੋਵਾਂਗੇ, ਉਹਦੇ ਬਾਅਦ ਜਾਨਵਰ ਵਿਖਾਉਣ ਵਾਲੇ ਕਾਫੀ ਨੇ, ਹਾਂ ਲੇਕਿਨ ਟਾਈਮ ਜ਼ਿਆਦਾ ਹੋ ਰਿਹਾ ਹੈ ਤੇ ਸਾਡੇ ਦੋਸਤ ਮੁੜ ਜ਼ਿਆਦਾ ਵੀਡੀਓ ਵੇਖਦੇ ਨਹੀਂ, ਮੁੜ ਕਲਿੱਕ ਕਰ ਦਿੰਦੇ, ਹਾਂ ਭਜਾ ਦਿੰਦੇ ਨੇ, ਭਜਾਉਣਾ ਨਹੀਂ, ਹਾਂ ਪੂਰੀ ਵੀਡੀਓ ਵੇਖਣੀ ਤੇ ਕਮੈਂਟ ਲਾਜ਼ਮੀ ਕਰਨਾ ਹੈ। ਬਿਲਕੁਲ ਠੀਕ ਹੈ, ਕਿਵੇਂ ਦਾ ਮਾਲ ਹੈ, ਕੀ ਗੱਲ ਬਾਤ ਹੈ, ਲਓ ਜੀ ਚੈੱਕ, ਦੋਸਤਾਂ ਨੂੰ ਜਨਾਬ ਅਗਰ ਦੋਸਤ ਦਾ ਤਾਜ਼ਾ ਸੂਈ ਵੀ ਲੈਣਾ ਚਾਹੁੰਦਾ ਨਾ, ਉਹ ਵੀ ਮੱਝਾਂ ਨਾਲ ਦਸਤੀਆਬ ਹੁੰਦੀਆਂ ਨੇ, ਬਿਲਾ ਜੇ ਚਕਾਓ ਨਾਲ ਦੁੱਧ ਵੀ ਚੰਗਾ। ਅੱਛਾ ਆ ਬਿਲਕੁਲ ਆ ਤਾਜ਼ਾ ਸੂਈ ਹੈ। ਬੈਠੇ ਤਿੰਨ ਨੇ,
₹750 ਕਿਲੋ ਚੰਗੀ ਜੇ ਤਾਂ ਚੰਗੀ ਲੱਗੇ ਤੇ ਫਿਰ ਤੁਹਾਡੇ ਵਾਸਤੇ ਮਾਸ਼ਾਅੱਲਾ ਦਾ ਕਮੈਂਟ ਕਰਨਾ ਚਾਹੀਦਾ, ਪਿਆਰ ਮੁਹੱਬਤ ਦੇ ਨਾਲ ਲਾਈਕ ਕਰਨਾ ਚਾਹੀਦਾ, ਪਿਆਰ ਮੁਹੱਬਤ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਚਾਹੀਦਾ। ਤੇ ਵੇਖੋ ਨਾ ਮਾਸ਼ਾਅੱਲਾ ਰੌਣਕਾਂ ਲਾ ਛੱਡੀਆਂ ਰਾਏ ਸਾਹਿਬ ਨੇ, ਮਾਸ਼ਾਅੱਲਾ ਮੱਝਾਂ ਲੈਣ ਵਾਲੇ ਭਰਾ ਸਾਰੇ ਇਕੱਠੇ ਹੋ ਚੁੱਕੇ ਨੇ। ਚੈੱਕ ਕਰੋ ਮਾਸ਼ਾਅੱਲਾ ਸੱਜਿਆ ਜੇ ਮੇਲਾ ਲੱਗੀਆਂ ਜੇ ਰੌਣਕਾਂ, ਮਾਸ਼ਾਅੱਲਾ ਰਾਏ ਮੁਹੰਮਦ ਅੱਖ ਜਵੇ ਦੇ ਡੇਰੇ ਤੇ ਸਾਹਮਣੇ ਨਜ਼ਰ ਆ ਰਿਹਾ ਰਾਏ ਅਬਦੁੱਲਾ ਕੱਟਾ ਫਾਰਮ। ਗੂਗਲ ਦੇ ਵੀ ਸਰਚ ਮਾਰੋਗੇ ਅਬਦੁੱਲਾ ਕੱਟਾ ਫਾਰਮ ਤੁਹਾਨੂੰ ਨਜ਼ਰ ਆ ਜਾਏਗਾ। ਹੁਣ ਦੋ ਜਾਜਦਾ ਦੇ ਭਰਾ ਇਹ ਜੀ ਅਜ਼ਹਰ ਖਾਨ ਨੂੰ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਬੋਲੋ ਮੁਸਲਮਾਨੋ ਜ਼ਿੰਦਾਬਾਦ ਜ਼ਿੰਦਾਬਾਦ ਜੀ ਜ਼ਿੰਦਾਬਾਦ।